ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡਾ ਗੁਰਲਾਲ ਫਿਰ ਹਾਜ਼ਰ ਓਪਨ ਪਲੇਟਫਾਰਮ ਪ੍ਰੋਗਰਾਮ ਲੈ ਕੇ ਜਸ ਪੰਜਾਬੀ ਤੇ ਦਰਸ਼ਕੋ ਮੈਂ ਤੁਹਾਡੇ ਰੂਬਰੂ ਹੁੰਨਾ ਟਿਊਜ਼ਡੇ ਵੈਂਸਡੇ ਥਰਸਡੇ ਸ਼ਾਮ ਨੂੰ 9 ਵਜੇ ਪੈਸੀਫਿਕ ਟਾਈਮ ਸਾਡੇ ਕੈਲੀਫੋਰਨੀਆ ਸਟੂਡੀਓ ਤੋਂ ਦਰਸ਼ਕੋ ਲਾਸਟ ਥਰਸਡੇ ਈਵਨਿੰਗ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਬਹੁਤ ਕੁਝ ਨਵਾਂ ਵਾਪਰ ਗਿਆ ਬਹੁਤ ਨਵੀਆਂ ਚੀਜ਼ਾਂ ਨਵੀਆਂ ਖਬਰਾਂ ਨਵੇਂ ਕਿੱਸੇ ਸਾਹਮਣੇ ਆਏ ਅੱਜ ਮਨ ਨਹੀਂ ਕੀਤਾ ਕਿ ਉਹਨਾਂ ਨੂੰ ਲਿਆਂਦਾ ਜਾਵੇ ਆਫਕੋਰਸ ਆਪਣੇ ਦਿਲਾਂ ਦੇ ਵਿੱਚ ਕਿਸਾਨ ਅੰਦੋਲਨ ਹਲੇ ਮਨ 'ਚੋਂ ਨਹੀਂ ਉਤਰਿਆ ਉਹ ਚੱਲ ਰਿਹਾ ਹਲੇ ਲਗਾਤਾਰ ਸੰਘਰਸ਼ ਜਾਰੀ ਹੈ ਜਿਹੜੀ ਗੱਲ 'ਤੇ ਮੈਂ ਬਹੁਤ ਜ਼ਿਆਦਾ ਫੋਕਸ ਕੀਤਾ ਪਿਛਲੇ 24 ਘੰਟਿਆਂ ਤੋਂ ਜੋ ਵਾਪਰਿਆ ਜਿਹੜੀ ਮਾੜੀ ਗੱਲ ਹੈ ਆਪਾਂ ਨਵਾਂ ਦਿਨ ਮਨਾਈ ਜਾਂਦੇ ਹਰੇਕ ਨੂੰ ਨਾਮ ਦੇ ਕੇ ਵੂਮੈਨਸ ਇੰਪਾਵਰਮੈਂਟ ਡੇ ਵੂਮੈਨਸ ਡੇ ਮਨਾ ਲਿਆ ਪਿੱਛੇ ਜੇ ਦਰਸ਼ਕੋ ਬਜਟ ਵੀ ਰੱਖੇ ਜਾਂਦੇ ਆ ਉਹਨਾਂ ਦੇ ਨਾਮ 'ਤੇ ਅਵਾਰਡ ਵੀ ਰੱਖੇ ਜਾਂਦੇ ਆ ਪਰ ਉਹ ਗੱਲ ਉੱਥੇ ਦੀ ਉੱਥੇ ਖੜੀ ਹੈ ਕਿ ਬੱਚੀ ਨੂੰ ਇੱਕ ਸਤਿਕਾਰਤ ਭਾਵਨਾ ਨਾਲ ਸਤਿਕਾਰਤ ਰੁਤਬਾ ਕਿੱਦਾਂ ਦਿੱਤਾ ਜਾਵੇ ਸਮਾਜ ਦੇ ਵਿੱਚ ਦਰਸ਼ਕੋ ਤੁਹਾਨੂੰ ਯਾਦ ਹੋਊਗਾ ਕਿ ਆਪਾਂ ਅੱਡ ਅੱਡ ਲਾਅ ਬਣੇ ਸੀਗੇ ਪੂਰੇ ਵਰਲਡ ਦੇ ਵਿੱਚ ਇਕੱਲੇ ਇੰਡੀਆ 'ਚ ਨਹੀਂ ਅੱਡ ਅੱਡ ਲਾਅ ਕਿ ਜੇ ਬੱਚੀ ਨਾਲ ਕੋਈ ਵਧੀਕੀ ਹੁੰਦੀ ਹੈ ਤਾਂ ਉਹਨੂੰ ਆਹ ਸਜ਼ਾ ਮਿਲੂਗੀ ਪਰ ਆਹ ਮਿਲੂਗੀ ਪਰ ਗੱਲ ਉੱਥੇ ਆ ਜਾਂਦੀ ਹੈ ਤੁਸੀਂ ਸਾਰਿਆਂ ਨੇ ਕੇਸ ਯੂਪੀ ਦੇ ਉਨਾਵ ਏਰੀਏ ਦਾ ਸੁਣਿਆ ਹੋਣਾ ਜਿੱਥੇ ਇੱਕ ਨੇਤਾ ਇੱਕ ਬੱਚੀ ਨਾਲ ਬਦਸਲੂਕੀ ਕਰਦਾ ਪਰ ਉਸ ਤੋਂ ਬਾਅਦ ਉਹਦੇ ਬਾਪ ਨੂੰ ਹੀ ਅਰੈਸਟ ਕਰ ਲਿਆ ਜਾਂਦਾ ਔਰ ਉਹਦਾ ਬਾਪ ਹਵਾਲਾਤ ਦੇ ਵਿੱਚ ਹੀ ਪ੍ਰਾਣ ਤਿਆਗ ਦਿੰਦਾ ਫਿਰ ਉਹ ਬੱਚੀ ਆਪਦੇ ਲਈ ਕੇਸ ਲੜਦੀ ਹੈ ਤਕੜੀ ਹੋ ਕੇ ਉਸ ਤੋਂ ਬਾਅਦ ਉਹਦੇ ਘਰ ਉਹਦੇ ਚਾਚੇ ਨੂੰ ਅਰੈਸਟ ਕਰ ਲਿਆ ਜਾਂਦਾ ਹੈ ਉਹਦੀ ਮਾਸੀ ਨੂੰ ਅਰੈਸਟ ਕਰ ਲਿਆ ਜਾਂਦਾ ਔਰ ਇੱਥੋਂ ਤੱਕ ਕਿ ਉਹ ਲੜਕੀ ਦਾ ਵੀ ਐਕਸੀਡੈਂਟ ਕਰਵਾ ਦਿੱਤਾ ਜਾਂਦਾ ਉਹ ਲੜਕੀ ਸ਼ਾਇਦ ਦੁਨੀਆ 'ਚ ਹੁਣ ਇਸ ਵੇਲੇ ਨਹੀਂ ਹੈ ਗੱਲ ਉਹ ਨਹੀਂ ਹੈ ਗੱਲ ਹੈਗੀ ਹੈ ਕਿ ਅਸੀਂ ਆਪਣੇ ਆਪ ਨੂੰ ਸਫੀਸ਼ੀਐਂਟ ਆਪਾਂ ਸੈਲਫ ਸਫੀਸ਼ੀਐਂਟ ਬਣਾਉਣਾ ਚਾਹੁੰਦੇ ਹਾਂ ਆਤਮ ਨਿਰਭਰ ਬੱਚੀਆਂ ਨੂੰ ਬਣਾਉਣਾ ਚਾਹੁੰਦੇ ਹਾਂ ਉਹਦੇ ਲਈ ਕੀ ਚੀਜ਼ ਜ਼ਰੂਰੀ ਹੈ ਉਹਦੇ ਲਈ ਸਾਰ ਤੋਂ ਪਹਿਲਾਂ ਜ਼ਰੂਰੀ ਹੈ ਐਜੂਕੇਸ਼ਨ ਹੁਣ ਇੱਥੇ ਸਵਾਲ ਇਹ ਖੜਾ ਹੋ ਜਾਂਦਾ ਹੈ ਕਿ ਅਮੀਰ ਆਦਮੀ ਤਾਂ ਆਪਦੀ ਬੱਚੀ ਨੂੰ ਕਿਤੇ ਵੀ ਪੜ੍ਹਾ ਲੂਗਾ ਗਰੀਬ ਆਦਮੀ ਆਪਦੀ ਬੱਚੀ ਨੂੰ ਕਿੱਥੇ ਕਿੱਥੇ ਪੜ੍ਹਾਊਗਾ ਕਦੋਂ ਕਦੋਂ ਉਹਦੇ ਨਾਲ ਰਹੂਗਾ ਕਦੋਂ ਕਦੋਂ ਨਾਲ ਨਾ ਰਹੂਗਾ ਕਿਉਂਕਿ ਉਸਨੇ ਰੋਜ਼ੀ ਰੋਟੀ ਵੀ ਕਮਾਉਣੀ ਹੈ ਮੈਂ ਇਹ ਗੱਲਾਂ ਕਿਉਂ ਕਰ ਰਿਹਾ ਕਿਉਂਕਿ ਇੱਕ ਮਾਣਮਤੀ ਐਨ ਜੀ ਓ ਹੈ ਧੀਆਂ ਪੁਕਾਰ ਦੀਆਂ ਉਹਨਾਂ ਦੇ ਜਿਹੜੇ ਸੰਸਥਾਪਕ ਨੇ ਪ੍ਰੈਜ਼ੀਡੈਂਟ ਨੇ ਸਰਦਾਰ ਕੁਲਦੀਪ ਸਿੰਘ ਸਰਾਂ ਉਹ ਆਪਣੇ ਨਾਲ ਜੁੜਨਗੇ ਥੋੜ੍ਹੇ ਟਾਈਮ ਤੱਕ ਪਰ ਮੈਂ ਉੱਤੇ ਗੱਲ ਦੱਸਾਂ ਕਿ ਮੈਂ ਇਹ ਟੌਪਿਕ ਕਿਉਂ ਚੁਣਿਆ ਕਿਉਂ ਕਿਉਂਕਿ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਪਿਛਲੇ ਹਫ਼ਤੇ ਦੀ ਗੱਲ ਹੈ ਇੱਕ ਲੜਕੀ ਜਿਸਦਾ ਨਾਮ ਆਇਸ਼ਾ ਅਹਿਮਦਾਬਾਦ ਗੁਜਰਾਤ ਦੀ ਰਹਿਣ ਵਾਲੀ ਉਹਦਾ ਵਿਆਹ ਹੋ ਜਾਂਦਾ ਜਾਲੋਰ ਰਾਜਸਥਾਨ ਦੇ ਵਿੱਚ ਗੱਲ ਫਿਰ ਦਹੇਜ 'ਤੇ ਆ ਜਾਂਦੀ ਕੁੜੀ ਪੜ੍ਹੀ ਲਿਖੀ ਸੀਗੀ ਵਿਆਹ ਹੋ ਜਾਂਦਾ ਗੱਲ ਦਹੇਜ 'ਤੇ ਅੜ ਜਾਂਦੀ ਹੈ ਹੋਰ ਵੀ ਕੋਈ ਗੱਲਾਂ ਹੋਈਆਂ ਹੋਣਗੀਆਂ ਜਿਹੜੀਆਂ ਸਾਨੂੰ ਨਹੀਂ ਪਤਾ ਆਪਾਂ ਕਿਸਦਾ ਨਾਮ ਲੈ ਕੇ ਕਿੰਤੂ ਪਰੰਤੂ ਹੱਲੇ ਨਹੀਂ ਕਰ ਸਕਦੇ ਕਿਉਂਕਿ ਪੂਰੀ ਸਟੋਰੀ ਗੱਲ ਹੁੰਦੀ ਪਰ ਮੇਨ ਮੁੱਦਾ ਜਿਹੜਾ ਉਹ ਦਹੇਜ ਦਾ ਦੱਸਿਆ ਗਿਆ ਉਹ ਕੁੜੀ ਪੜ੍ਹੀ ਲਿਖੀ ਹੋਣ ਦੇ ਬਾਵਜੂਦ ਵੀ ਇੱਕ ਪ੍ਰਤਾੜਨਾ ਦਾ ਸਾਹਮਣਾ ਕਰਦੀ ਹੈ ਔਰ ਹੌਲੀ 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 ਸਹਿਜੇ ਉਹ ਸੁਸਾਈਡ ਵੱਲ ਕਦਮ ਉਠਾ ਲੈਂਦੀ ਹੈ ਔਰ ਬੜਾ ਸੋਹਣਾ ਉਹ ਲਾਈਵ ਹੋ ਕੇ ਪਹਿਲਾਂ ਗੱਲ ਕਰਦੀ ਪੂਰੇ ਵਰਲਡ ਨਾਲ ਤੋਂ ਉਦੋਂ ਬਾਅਦ ਉਹ ਇਸ ਦੁਨੀਆ ਤੋਂ ਜਹਾਨ ਤੋਂ ਚਲੀ ਜਾਂਦੀ ਹੈ ਹੁਣ ਉੱਥੇ ਐਜੂਕੇਸ਼ਨ ਕੀ ਕਰੂਗੀ ਤੁਸੀਂ ਆਪ ਦੱਸਿਓ ਵੀ ਉੱਥੇ ਐਜੂਕੇਸ਼ਨ ਕੀ ਕਰੂਗੀ ਗੱਲ ਹੈਗੀ ਹੈ ਕਿ ਆਪਾਂ ਆਪਦੇ ਮਾਇੰਡ ਸੈੱਟ ਬੱਚਿਆਂ ਦਾ ਕਿੱਥੇ ਸੈੱਟ ਕਰਨਾ ਆ ਤਾਂ ਕਿ ਜੇ ਆਪਾਂ ਗੱਲ ਕਰੀਏ ਆਪਣੇ ਭਾਰਤ ਦੇਸ਼ ਦੀ ਤਾਂ ਉੱਥੇ ਔਖੇ ਹੋ ਕੇ ਬੱਚੇ ਮਾਂ ਬਾਪ ਬੱਚੀਆਂ ਨੂੰ ਪੜ੍ਹਾ ਵੀ ਦੇਣਗੇ ਕਿਸੇ ਨਾ ਕਿਸ ਤਰ੍ਹਾਂ ਫਿਰ ਅੱਗੇ ਨੌਕਰੀ ਨਹੀਂ ਮਿਲਦੀ ਜੇ ਨੌਕਰੀ ਮਿਲਦੀ ਹੈ ਤਾਂ ਐਕਸਪਲੋਟੇਸ਼ਨ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਫਿਰ ਬੰਦਾ ਸੋਚਦਾ ਮੈਂ ਪੜ੍ਹਾਇਆ ਵੀ ਨੌਕਰੀ ਵੀ ਲੱਗੀ ਗੱਲ ਫਿਰ ਐਕਸਪਲੋਇਟ ਕਰ ਰਹੇ ਹਾਂ ਸਮਾਜ ਉਸਨੂੰ ਉਹਦੇ ਲਈ ਫਿਰ ਆਪਾਂ ਨੂੰ ਗੱਲ ਆ ਜਾਂਦੀ ਕਿ ਆਪਾਂ ਨੂੰ ਸਾਰਿਆਂ ਨੂੰ ਇੱਕ ਸਭਿਆ ਸਮਾਜ ਸਿਰਜਣਾ ਪੈਣਾ ਆਪਾਂ ਅੱਗੇ ਵੱਧਦੇ ਹਾਂ ਦੱਸੋ ਕਿ ਇਹ ਜਿਹੜੀ 2014 ਦੀ ਗੱਲ ਹੈ ਨਿਰਭਯਾ ਕੇਸ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਦਿੱਲੀ ਦਾ ਉਹ ਬੱਚੀ ਵੀ ਇੱਕ ਸਟੂਡੈਂਟ ਸੀ ਸ਼ਾਇਦ ਗ੍ਰੈਜੂਏਸ਼ਨ ਕਰਨ ਵਾਲੀ ਸੀ ਆਪਦੇ ਕਾਲਜ ਤੋਂ ਘਰ ਆ ਰਹੀ ਸੀ ਬੱਸ ਦੇ ਵਿੱਚ ਜਿੱਥੇ ਉਹ ਦਰਿੰਦਿਆਂ ਨੇ ਉਹਨੂੰ ਬਹੁਤ ਹੀ ਜ਼ਿਆਦਾ ਟੋਰਚਰ ਕੀਤਾ ਉਸ ਤੋਂ ਬਾਅਦ ਹੋਇਆ ਕਿ ਉਹ ਬੱਚੀ ਦਾ ਸਿੰਗਾਪੁਰ ਤੱਕ ਗੌਰਮੈਂਟ ਨੇ ਇਲਾਜ ਕਰਾਇਆ ਪਰ ਉਹ ਬਚ ਨਹੀਂ ਸਕੀ ਬੱਚੇ ਆਰੋਪੀ ਵੀ ਨਹੀਂ ਇੱਕ ਟ੍ਰਾਇਲ ਚੱਲਦੇ ਦੇ ਵਿੱਚ ਜਹਾਨ ਤੋਂ ਚਲਾ ਗਿਆ ਬਾਕੀਆਂ ਨੂੰ ਫਾਂਸੀ ਹੋ ਗਈ ਕਿ ਉਸ ਤੋਂ ਬਾਅਦ ਆਪਣੇ ਸਮਾਜ 'ਚ ਧੀਆਂ ਨਾਲ ਜਿਹੜਾ ਧੱਕਾ ਹੋਣਾ ਬੰਦ ਹੋ ਗਿਆ ਨਹੀਂ ਅੱਜ ਵੀ ਉਸੇ ਸਮਾਜ ਦੇ ਵਿੱਚ ਆਪਾਂ ਰਹਿ ਰਹੇ ਹਾਂ ਜਿੱਥੇ ਅੱਜ ਵੀ ਚਾਹੇ ਪੜ੍ਹੀ ਲਿਖੀ ਬੱਚੀ ਹੈ ਚਾਹੇ ਨਹੀਂ ਪੜ੍ਹੀ ਲਿਖੀ ਜਿਹੜੀਆਂ ਦੇਖਣ ਵਾਲੀਆਂ ਅੱਖਾਂ ਅੰਦਰੋਂ ਜਿਹੜੀਆਂ ਦੇਖਣ ਵਾਲੀਆਂ ਅੱਖਾਂ ਉਹ ਸੱਭਿਆ ਨਹੀਂ ਹੋ ਸਕੀਆਂ ਫਿਰ ਗੱਲ ਮੈਂ ਕਰੂੰਗਾ ਕਿ
गरीब जिहड़ा बंदा वह किदां पढ़ाऊगा, अमीर तो बहुत वधिया तरीके नाल किते वी पढ़ा लूगा और बाद दी जिंदगी भी सैट कर लूगा। पिछले 24 घंटिआं च दर्शकों, पिछले 24 घंटिआं च गुजरात का पिंड है बरोई, ठीक है, एक भरा ने आपकी भैन शरेआम सड़क के उत्ते कतल कर दिता और उत्थे खड़ा रहा जिन्ने चिर लोगों ने पुलिस नूं कॉल की और पुलिस आके उन्हें अरैसट करके लैके गई। उन्हें सिर्फ ये गलत फहमी सी कि मेरी भैन कित ना कि गलत है। दर्शको जो 18 साल तो उपर बच्चा हो जाता वो डिसीजन लैण की आपकी एक पावर होंगी और बच्ची वह 20 साल तो भी उपर से, पर आप इन्ना खतरनाक क्यों पाकिस्तान का केस आया से पिछे जे? और पिछले हफ्ते की कि दो हफ्त की गल है, यूपी दे विच एक बाप आपकी बेटी का सिर वढ़ के थाने चला जाता कि हाँ मैनू ये गलत शख्स सी तो मैं आ करके आ, कि आपां उत्थे ये नहीं सोचना पऊगा कि आपां एक पासे बेटी बचाओ बेटी पढ़ाओ गल कर रहे हैं, बड़बड़ियां एन जी ओज खोल रहे हैं, आपां कॉलेज खोल रहे हैं, उन्हां नूं कह रहे हैं ये करना वो करना, पर किते ना किते जिहड़ा बेसिक मैंटल प्रोसैस है वह चेंज करन दी लोड़ नहीं। फिर चलते हैं पिछले 24 घंटे च गुजरात दा ही उबरवाड एरिया, पिंड का नाम भी उबरवाड है, एरिए नूं उबरवाड कहिंदे आ। उत्थे एक औरत साड़ी भैन 8 महीनों का वह बच्चा पहला उन्होंने मार दी है, फिर उस तो बाद आप दे आप मार लेंदी है, गल फिर दहेज दी है तो घरों तंग करने की गल आ जाती है। दर्शको गल्लां बहुत बादर कर दियां कि वह बच्ची भी पढ़ी लिखी सी, उत्थे एजुकेशन की करूगी, जदों जिहड़ा पूरा सिस्टम मैं गल कर रहा सिस्टम नूं आपां किदां सुधार लैके आना किते ना किते। और आ चीज़ां मैं बाहरली कंट्री च भी देखियां ने, रज के देखियां ने, अपन आप पहला एक चंगे स्टेज पर खड़े करके कि किसी की बच्ची जे पढ़ रही है तो उन्होंने पढ़न दिता जाए, उस तो बाद इन्ना सैल्फ सफिशियंट बनू आत्मनिर्भर बढ़ा दिता जाए कि वह काम करे, उस तो बाद मर्जी आ जिते उन्हें घर बसाना बसावे, नहीं तो रहने दिता जाए वो मर्जी पर। अगेन घर दिया परंपरावान होंदिया ने, खुशी खुशी जो करना जो मर्जी करो, पर किसी को कोई हक बनता कि किसी का सिर वढ़ दे। वड्डी प्रॉब्लम दर्शको इस टाइम यह है कि इंडिया दे विच गरीब आदमी पढ़ा नहीं सकता बच्चियां नूं, जे पढ़ा लूगा तो उत्थों फिर एक्सप्लॉयटेशन शुरू होगी नौकरियां दे विच, उस तो बाद उन्होंने घर बसाने औखे हो जाएंगे। आपां चलते हैं जी इस टाइम अपने लुधियाने तो एक परिवार जाता है अहमदाबाद को इलाज करवाउण जाते हैं, वो बजुर्गों की अखा भी कमजोर ने, उन्हां दी बेटी कोई 17-18 साल की उन्हां दे नाल जाती है, गुरद्वारा साहब च उन्होंने कमरा दिता जाता है, वह उन्होंने तो कुछ पेपर डाक्यूमेंट्स कापियां मंगते, बेटी सिर्फ कापी करवा जाती बार, और अब चौथा दिन है वह बेटी का पता नहीं लग रहा कितने। गल फिर उत्थे आ जाती है कि एजुकेशन के नाल नाल आपां नूं सैल्फ डिसीजन लैण की आत्म निर्भर बन दी आपकी रक्षा करने की पावरफुल जिहड़ी पावर है वह भी बच्चियों नूं देनी बनती नाल दी नाल। उस तो बाद दर्शको कि जे आप पढ़ा दें बच्ची नूं, उस तो बाद वह आपका घर बसा लेंदी है, उस तो बाद जे उन्हूं डॉरी की प्रॉब्लम आई दहेज प्रथा, यह चीज़ आ जिहड़ा कलंक आ ये कदों तक अपने समाज में खोखला करता रहूगा, कदों तक कदों तक। पाकिस्तान दे विच एक मन्नी परमन्नी गायिका सी, मैं नाम नहीं लैना उन्हां दा, उप साल दो साल की गल हो चुकी है, सिर्फ तो सिर्फ उहदा ब्रदर या उहदा कजन ब्रदर उन्हूं इस करके कतल कर दिंदा कि वह गाने गा रहे हैं, किते ना किते तो वह भी अपना ही भरा सी, एक एक सिर्फ एक लाइन ही खिंची गई है, उही पहरावा आ उही कल्चर आ उही फूड आ उही त्यौहार ने करीब करीब। सोचने वाली गल है, आप अगे वधांगे सरदार कुलदीप सिंह सरां नाल गल करांगे, वह एन जी ओ चला आ रहे ने इत्थे शिकागो दे विच ने, ते वह नेपरसविल शिकागो दे विच ने, ते वह अपने दर्शको उन्होंने 2011 दे विच एन जी ओ शुरू की सी धियां पुकार दियां, उस एन जी ओ दे प्रेजीडेंट ने ते मिस्टर सुब्रमण्यम और ट्रेजर ने, ते उस तो बाद टीना कौर रंधावा जिहड़ी सी पी है, वह की करते की नहीं करते मैं तो चंगी तरह पढ़िया, पर आपां उन्हां नूं लाइव होकर उन्होंने तो क्वेश्चन जरूर पुछांगे। वह बेसिक जितों मैं समझ आया कि वह गरीब कुड़ियां दा घरां दा पहला पता करते इंडिया जाके फिर उन्होंने पढ़ाते हैं चंगे स्कूलों चंगी यूनिवर्सिटिया च, होस्टलों का खर्चा भी देंगे, कट्ठा नहीं देंगे, सिर्फ उन्हें देंगे जिन्ना 2-4 महीने लिए जरूरी होंगे ताकि बच्चियां पढ़ जाए और पैसे का कितने मिसयूज़ ना हो,
पर मेरा दिमाग दे सवाल होर खड़े ने, शायद तुहाडे दिमाग दे विच वी खड़े होण सवाल, कि ग्रेजुएशन तो बाद बच्चियां नूं पढ़ा के उत्थे नौकरियां दा कट एक्सप्लोटेशन हुंदी है, सब कुछ हुंदा है, ਉਹ ਕਿੱਦਾਂ ਫਿਕਸ ਕੀਤਾ ਜਾਵੇ? ਸਰਦਾਰ ਕੁਲਦੀਪ ਸਿੰਘ ਸਰਾਂ ਆਪਣਾ ਦੱਸਣਗੇ ਸਾਰੀਆਂ ਗੱਲਾਂ, ਆਨਸਰ ਕਰਨਗੇ। ਪਰ ਆਪਾਂ ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ, ਇਸੇ ਤਰ੍ਹਾਂ ਬਣੇ ਰਹੋ ਜਸ ਪੰਜਾਬੀ ਦਰਸ਼ਕੋ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਓਪਨ ਪਲੇਟਫਾਰਮ, ਮੈਂ ਤੁਹਾਡਾ ਗੁਰਲਾਲ ਹਾਜ਼ਰ। ਮੈਂ ਤੁਹਾਡੇ ਰੂਬਰੂ ਹੁੰਦਾ ਟਿਊਜ਼ਡੇ, ਵੈਂਸਡੇ, ਥਰਸਡੇ ਸ਼ਾਮ ਨੂੰ 9 ਵਜੇ ਪੈਸੀਫਿਕ ਟਾਈਮ ਸਾਡੇ ਕੈਲੀਫੋਰਨੀਆ ਸਟੂਡੀਓ ਤੋਂ। ਆਪਾਂ ਗੱਲ ਕਰ ਰਹੇ ਸੀ ਕਿ ਬੇਟੀ ਪੜਾਓ ਬੇਟੀ ਬਚਾਓ ਬੜੇ ਨਾਰੇ ਲੱਗਦੇ ਆ, ਬਹੁਤ ਆਪਾਂ ਬਾਹਰਲੇ ਦੇਸ਼ਾਂ 'ਚ ਵੀ ਬੜੇ ਕਾਨੂੰਨ ਬਣੇ ਆ। ਗੱਲ ਕਰ ਰਿਹਾ ਸੀ ਕਿ ਗਰੀਬ ਆਦਮੀ ਕਿੱਦਾਂ ਪੜ੍ਹਾਏਗਾ, ਅੱਜ ਪੜ੍ਹਾ ਦੇਗਾ, ਨੌਕਰੀ ਅਤੇ ਐਕਸਪਲੋਟੇਸ਼ਨ ਜਿਹੜੀ ਹੁੰਦੀ ਉਹ ਕਿੱਦਾਂ ਫਿਕਸ ਕਰੇਗਾ, ਔਰ ਉਸ ਤੋਂ ਬਾਅਦ ਜਿਹੜੀ ਉਹ ਘਰ ਵਸਾਉਂਦੀਆਂ ਨੇ ਤਾਂ ਦਹੇਜ ਨੂੰ ਲੈ ਕੇ ਜਿਹੜੇ ਨਿੱਕੇ ਨਿੱਕੀਆਂ ਗੱਲਾਂ ਕਰਕੇ ਕੁੜੀਆਂ ਨੂੰ ਤੰਗ ਕੀਤਾ ਜਾਂਦਾ, ਉਹ ਕਿੱਦਾਂ ਸਮਾਜ ਦੇ ਵਿੱਚੋਂ ਕਿੱਦਾਂ ਨਿਕਲ ਸਕਦੀਆਂ ਨੇ। ਮੈਂ ਜ਼ਿਕਰ ਕੀਤਾ ਸੀ ਸਰਦਾਰ ਕੁਲਦੀਪ ਸਿੰਘ ਸਰਾਂ, ਜਿਹੜੇ ਕਿ ਧੀਆਂ ਪੁਕਾਰਦੀਆਂ ਇੱਕ ਐਨ ਜੀ ਓ ਚਲਾ ਰਹੇ ਨੇ ਇੰਡੀਆ ਦੇ ਵਿੱਚ, ਬੇਸਿਕਲੀ ਉਹ ਸ਼ਿਕਾਗੋ ਬੇਸ ਨੇ ਅਤੇ ਆਪਣਾ ਬਹੁਤ ਵਧੀਆ ਕੰਮ ਕਰ ਰਹੇ ਹਾਂ। ਆਪਾਂ ਉਹਨਾਂ ਦਾ ਪਹਿਲਾਂ ਵੈਲਕਮ ਕਰਾਂਗੇ ਅਤੇ ਬਾਕੀ ਦੀਆਂ ਗੱਲਾਂ ਬਾਤਾਂ ਉਹਨਾਂ ਨੂੰ ਬਾਅਦ 'ਚ ਪੁੱਛਾਂਗੇ। ਸਤਿ ਸ਼੍ਰੀ ਅਕਾਲ ਸਰਦਾਰ ਕੁਲਦੀਪ ਸਿੰਘ ਜੀ, ਸਵਾਗਤ ਜੀ ਤੁਹਾਡਾ ਜਸ ਪੰਜਾਬੀ 'ਤੇ। ਸਤਿ ਸ਼੍ਰੀ ਅਕਾਲ ਜੀ, ਜਸ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਮੇਰਾ ਕੁਲਦੀਪ ਸਿੰਘ ਦਾ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ, ਅਤੇ ਪੰਡਾਲ ਸਾਹਿਬ ਤੁਹਾਡਾ ਵੀ ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਆਪਣੇ ਸਾਰੇ ਦਰਸ਼ਕਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਜੀ। ਸ਼ੁਕਰੀਆ ਜੀ। ਕੁਲਦੀਪ ਸਿੰਘ ਜੀ, ਪਹਿਲਾਂ ਤਾਂ ਤੁਸੀਂ ਆਪਦੀ ਐਨ ਜੀ ਓ ਬਾਰੇ ਦੱਸੋ, ਇਹ ਕਦੋਂ ਆਈ ਸੀ ਹੋਣ ਦੇ ਵਿੱਚ ਅਤੇ ਕੀ ਕਰ ਰਹੇ ਹੋ ਅਤੇ ਅੱਗੇ ਦੇ ਕੀ ਪਲਾਨ ਨੇ ਅਤੇ ਨਾਲ ਕਿਹੜੇ ਕਿਹੜੇ ਮੈਂਬਰ ਜੁੜ ਕੇ ਔਰ ਕਿਹੜਾ ਤਰੀਕਾ ਤੁਹਾਡੇ ਕੋਲ? ਹਾਂਜੀ, ਸਾਡੀ ਐਨ ਜੀ ਓ ਦਾ ਨਾਂ ਤੁਸੀਂ ਦੱਸਿਆ, ਉਹ ਧੀਆਂ ਪੁਕਾਰਦੀਆਂ ਇਨਕਾਰਪੋਰੇਟਡ ਹੈਗਾ, ਇਹ ਨੋਨ ਪ੍ਰੋਫਿਟ ਔਰਗਨਾਈਜੇਸ਼ਨ ਹੈ। ਸਾਡੇ ਕੋਲ ਆਈ ਆਰ ਐੱਸ ਦਾ ਉਹ 501(c)(3) ਸਟੇਟਸ ਹੈ। ਉਹਦਾ ਇਹ ਹੈਗਾ ਕਿ ਸਾਨੂੰ ਜਿਹੜੀ ਵੀ ਡੋਨੇਸ਼ਨ ਦਿੱਤੀ ਜਾਂਦੀ ਆ ਆਉਂਦੀ ਹੈ, ਉਹਦੇ ਉੱਤੇ ਡੋਨੇਸ਼ਨ ਦੇਣ ਵਾਲੇ ਨੂੰ ਕੋਈ ਇਨਕਮ ਟੈਕਸ ਨਹੀਂ ਲੱਗਦਾ ਜੀ। ਜੀ ਜੀ। ਅਤੇ ਇਹਦਾ ਨਾਮ ਵੀ ਅਸੀਂ ਧੀਆਂ ਪੁਕਾਰਦੀਆਂ ਤਾਂ ਰੱਖਿਆ, ਲੜਕੀਆਂ ਪੁਕਾਰਦੀਆਂ ਜਾਂ ਬੇਟੀਆਂ ਪੁਕਾਰਦੀਆਂ ਨਹੀਂ ਰੱਖਿਆ, ਕਿ ਸਾਡੇ ਪੰਜਾਬੀ ਕਲਚਰ ਵਿੱਚ ਇੱਕ ਜਦੋਂ ਅਸੀਂ ਕਿਸੇ ਨੂੰ ਧੀ ਕਹਿੰਦੇ ਹਾਂ ਨਾ, ਤਾਂ ਸਾਡੇ ਅੰਦਰ ਇੱਕ ਮੋਹ ਪੈਦਾ ਹੁੰਦਾ, ਸਾਡੇ ਅੰਦਰ ਇੱਕ ਇਹੋ ਜਿਹਾ ਇਮੇਜ ਪੈਦਾ ਹੁੰਦਾ, ਇੱਕ ਅਸੀਂ ਇੱਕ ਮਾਸੂਮ ਲੜਕੀ ਨੂੰ ਦੇਖਦੇ ਹਾਂ ਅਤੇ ਆਪ ਮੁਹਾਰਾ ਸਾਡੇ ਅੰਦਰ ਮੋਹ ਪੈਦਾ ਹੁੰਦਾ, ਇਸ ਕਰਕੇ ਅਸੀਂ ਉਹਦਾ ਨਾਂ ਧੀਆਂ ਪੁਕਾਰਦੀਆਂ ਰੱਖਿਆ ਸੀ। ਜੀ ਜੀ ਜੀ। ਅਤੇ ਇਹਦੇ ਪਿੱਛੇ ਮੈਂ ਰਿਟਾਇਰ ਹੋਣ ਤੋਂ ਬਾਅਦ ਫਿਰ ਕੁਛ ਕਰਨਾ ਚਾਹੁੰਦਾ ਸੀ, ਕੁਝ ਸਾਡੀ ਫੈਮਿਲੀ ਦੀ ਰਵਾਇਤ ਵੀ ਹੈ ਕਿ ਅਸੀਂ ਜਿੱਥੇ ਵੀ ਹੈਗੇ ਹਾਂ, ਜੋ ਵੀ ਹੈ ਸਾਡੀ ਤੀਸਰੀ ਪੀੜ੍ਹੀ ਹੈ, ਅਸੀਂ ਕੁਛ ਨਾ ਕੁਛ ਸਮਾਜ ਵਾਸਤੇ ਦੂਸਰਿਆਂ ਵਾਸਤੇ ਕਰਦੇ ਰਹੇ ਹਾਂ ਅਤੇ ਅੱਗੇ ਤੋਂ ਵੀ ਕਰੀ ਜਾਣਾ ਜਾਰੀ ਰੱਖਣਾ ਚਾਹੁੰਦੇ ਹਾਂ। ਜੀ ਜੀ ਜੀ। ਅਤੇ ਉੱਥੋਂ ਇੰਡੀਆ ਤੋਂ ਇੱਕ ਡਾਕਟਰ ਨੇ ਪਟਿਆਲੇ ਤੋਂ, ਡਾਕਟਰ ਹਰਸ਼ਿੰਦਰ ਕੌਰ, ਤੁਸੀਂ ਸਾਰੇ ਉਹਨਾਂ ਨੂੰ ਜਾਣਦੇ ਹੋਗੇ, ਉਹ ਵੀ ਭਰੂਣ ਹੱਤਿਆ ਰੋਕਣ ਲਈ ਬਹੁਤ ਲੰਮੇ ਸਮੇਂ ਤੋਂ ਉਪਰਾਲੇ ਕਰ ਰਹੇ ਨੇ। ਉਹ ਇੱਥੇ ਅਮਰੀਕਾ ਵਿਜ਼ਿਟ ਕਰ ਰਹੇ ਸੀ, ਉਹਨਾਂ ਦੀ ਟੀ ਵੀ 'ਤੇ ਇੰਟਰਵਿਊ ਆ ਰਹੀ ਸੀ ਅਤੇ ਉਹ ਆਪਣੀ ਇੱਕ ਕਹਾਣੀ ਦੱਸ ਰਹੇ ਸੀ ਕਿ ਉਹ ਕਿਸੇ ਪਿੰਡ ਵਿੱਚ ਕਾਰ 'ਤੇ ਜਾ ਰਹੇ ਸੀ ਅਤੇ ਉਹ, ਤੁਹਾਨੂੰ ਪਤਾ ਕਿ ਸਾਡੇ ਪਿੰਡਾਂ ਦੇ ਬਾਹਰ ਹੱਡੋ ਰੋੜੀਆਂ ਹੁੰਦੀਆਂ ਜਿੱਥੇ ਲੋਕ ਆਪਣੇ ਮਰੇ ਹੋਏ ਜਾਨਵਰ ਸੁੱਟ ਜਾਂਦੇ ਆ ਅਤੇ ਉੱਥੇ ਉਹ ਜਿਹੜੇ ਅਵਾਰਾ ਕੁੱਤੇ ਹੁੰਦੇ ਆ ਉਹਨਾਂ ਦਾ ਉਹ ਮੀਟ ਵਗੈਰਾ ਖਾ ਜਾਂਦੇ ਆ ਅਤੇ ਉਹਨਾਂ ਨੇ ਉਹ ਡਾਕਟਰ ਸ਼ਿੰਦਰ ਕੌਰ ਨੇ ਦੇਖਿਆ ਕਿ ਇੱਕ ਕੁੱਤਾ ਇੱਕ ਛੋਟੇ ਜਿਹੇ ਪੀਸ ਨੂੰ ਮੀਟ ਨੂੰ ਨੋਚ ਕਰ ਰਿਹਾ ਸੀ ਅਤੇ ਉਸ ਉਹਦੇ ਉਸ ਜਿਹੜਾ ਹੈਗਾ ਉਹ ਇੱਕ ਉਹਨਾਂ ਨੂੰ ਇੱਕ ਮਨੁੱਖੀ ਬੱਚੇ ਦਾ ਚੌਲਾ ਪਿਆ। ਉਹਨਾਂ ਨੇ ਉਸ ਵੇਲੇ ਕਾਰ ਖੜ੍ਹੀ ਕਰਕੇ ਅਤੇ ਉਹਨਾਂ ਨੇ ਉਹ ਕੋਲ ਜਾ ਕੇ ਦੇਖਿਆ ਅਤੇ ਉਹ ਇੱਕ ਕਿਸੇ ਨੇ ਨਵ ਜਨਮੀ ਬੱਚੀ ਉਹ ਉੱਥੇ ਹੱਡੋ ਰੋੜੇ ਸੁੱਟ ਕੇ ਕੋਈ ਚਲਾ ਗਿਆ ਅਤੇ ਉਹ ਬੱਚੀ ਅਜੇ ਜਿਉਂਦੀ ਸੀ। ਉਹ ਡਾਕਟਰ ਦੇ ਸਾਹਮਣੇ ਵੇਖਦਿਆਂ ਵੇਖਦਿਆਂ ਉਸ ਕੁੜੀ ਨੇ ਆਪਣੇ ਆਖਰੀ ਸਾਹ ਲਏ। ਸੋ ਇਹ ਕਹਾਣੀ ਇੰਨੀ ਦਰਦਨਾਕ ਸੀ ਕਿ ਅਜੇ ਵੀ ਮੇਰਾ ਜੀ ਭਰ ਆਉਂਦਾ ਜਦੋਂ ਕਦੀ ਮੈਂ ਦੱਸਦਾ। ਜੀ 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 ਜੀ। ਡਾਕਟਰ ਸਾਹਿਬ, ਮੈਂ ਤੁਹਾਨੂੰ ਆਪਣੇ ਸਰਦਾਰ ਸਾਹਿਬ ਮੈਂ ਤੁਹਾਨੂੰ ਦੱਸਦਾ ਕਿ ਇਹ ਪਿਛਲੇ ਹਫ਼ਤੇ ਵੀ ਇੱਕ ਪਟਿਆਲਾ ਡਿਸਟ੍ਰਿਕਟ 'ਚ ਕੋਈ ਕਸਬਾ ਸ਼ਤਰੂਆਣਾ, ਉਹਦੇ ਕੋਲ ਇੱਕ ਹੁਣੇ ਫੇਰ ਵਾਪਰਿਆ
यही हादसा, ये भ्रूण हत्या नहीं सी, ये कुड़ी कोई 5-6 सालां दी सी, बच्चियां नाल खेल रही सी, किते कल्ली रह गई ते हाडा रोड़ी दे कुत्तियां ने जो है वो खा ली। हाँ जी, पिछले हफ्ते दी गल है। हाँ जी, तो ये फिर पर मैनू इस घटना ने मैनू फिर झंझोड़ के रखता। मैं क्या कि इदा ये रो धो के नहीं सड़ना, ये रोन दे नाल किसी लड़की के प्राण नहीं बचने, तो ये बारे कुछ करना चाहिए। जी, तो फिर ये सोच के तो फिर मैं अपने कुछ दोस्तों नाल गलबात की कि मैं ये नॉन प्रॉफिट ऑर्गेनाइजेशन शुरू करनी चाहना। उन्होंने सारिया ने कहा कि असी तेरे नाल है, तो ये असी फिर दूसरा 2011 जनवरी 17 नूं असी ये कारपोरेशन रजिस्टर करवाई सी अपने इलिनॉय विच। इलिनॉय विच जी। हाँ जी, तो पर उस तो बाद फिर मैनू कोई बहुता कोई पता नहीं सी, कोई मेरा को पहला तो कोई तजर्बा नहीं सी, कोई कोई NGO किस तरह चलानी है जी लेकिन मैं फिर रजिस्टर करा के फिर मैं इंडिया गया, अपने पिंड गया जिथे मैं जमया पलिया सी। उत्थे मैं पिंड दे विच साडे जिहड़ा ओ जिहनूं तुसीं चूड़े कहने आ जां साडे पिंड विच ईसाई बड़े हैगे आ, ओह भी दलित ने सारे, उन्हां दे घरां विच जा के मैं ते 6 कुड़ियां सिलेक्ट कीतियां, ते उन्हां कुड़ियां नूं कहा, असीं उन्हां नूं कहा कि असीं इन्हां कुड़ियां नूं हर महीने पैसे भेजा करांगे ते असीं इन्हां नूं पढ़ावांगे। उन्हां विचों 3 कुड़ियां पढ़ गईआं ने ते 3 अजे भी पढ़ रहीआं ने। अच्छा जी। सो इस तरह ये धियां फकार दियां संस्था दा आगाज होया सी। जी ते फिर असीं मैं हर साल इंडिया आप जांदा रहा, ते पहला असीं हाई स्कूलां दियां लड़कियां नूं सिलेक्ट करके उन्हां नूं असीं पैसे भेजदे सी पढ़ाई वास्ते। फिर असीं ये फैसला कीता कि हाई स्कूल दे विच उन्हां नूं इन्नी लोड नहीं है, लोड ते कॉलेज विच है। फिर असीं ये फैसला कीता कि असीं कॉलेज दियां कुड़ियां नूं जदों ओह फस्ट ईयर तो शुरू कर दियां ने उदों तों उन्हां नूं असीं 1,000 रुपया महीना हर महीने उन्हां दे अकाउंट विच सीधा भेज के उन्हां दी हैल्प करांगे। ते उस असीं फिर जिन्हां नूं असीं जिन्हां दी हैल्प शुरू करदे हाँ असीं उन्हां नूं फिर इस हैल्प उन्हां दी बंद नहीं करदे कि जे कुसी कुड़ी ने BA कर ली है तो अगे MA करना चाहुंदी है तो असीं उहदी हैल्प जारी रखदे हाँ। साडियां कुछ लड़कियां ने पोस्ट ग्रैजुएट स्टडी तक भी जारी रखी पढ़ाई, तो असीं उन्हां दी हैल्प कीती। जी 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 जी, हुण तक 440 कुड़ियां ग्रैजुएट हो चुकियां ने वक्रे वक्रे कॉलेजों तो। उन्होंने प्रोफेसनल डिग्रियां भी लाइया, इंजीनियरिंग डिग्रीज भी लाइया, MBA, MA, BA, MSc ते ये सारियां क्वालिफिकेशन उन्होंने लाइया। जी हुण ये ठीक है, तुसी बड़ा एक वड्डा नुकता उठाया सी कि वह कुड़ियां पढ़ाई करन तो बाद फिर उन्होंने नौकरियां जां ते मिलदियां नहीं है, जे मिलदियां ने ते ओह उन्हां ते नौकरी ते काम ते जाना भी उन्हां लई सेफ नहीं हुंदा, उत्थे दी बस विच सफर करना भी सेफ नहीं है, जे ओह साइकिल चला के जांदी आ ओह भी सेफ नहीं है। जी, ते इहो ही साडे जिहड़ा हैगा समाज दा जिहड़ा वड्डी इस वेले कमजोरी है ओह इह है कि साडे समाज दा अद्धा हिस्सा, जी ठीक है कुड़ियां फीमेल्स मेल बराबर गिनती नहीं है पर फिर भी वो लगभग अद्धी पापूलेशन है, तो जे असी उन्होंने इन्ना वितकरा करते हैं कि पहला तो असी उन्होंने जमने नहीं देंगे वो खिलाफ है जी, असी उन्होंने अल्ट्रासाउंड टेस्ट करा के ते जे सानू पता हो लड़की है तो साड़ी हर कोशिश होंगी है कि जे साडे घर पहला एक लड़की है तो दूजी तो बिल्कुल ही नहीं असी होन देनी चाहते, अबॉर्शन करा देंगे। उस तो बाद फिर जे लड़की पैदा होन भी दिती जाती है फिर उहदे उत्ते भी ये देखो कि जो सहूलत लड़के नूं हुंदियां टब्बर दे विच ओह लड़की नूं नहीं है, जे लड़की दे शू की लोड़ है तो पहला मुंडे नूं लै दित्ते जांदे, कुड़ी नूं कहिंदे कि तैनूं अगली फसल तो लै देवांगे तू अजे इदां गुजारा कर, ते फिर ये गल विगड़ी विगड़ी इदा हो जाती है कि वह वितकरा जड़ा है वह सारी उम्र ही जारी रहा है। साड़िया जड़िया तिया भैन मावं ने
ਉਹਨਾਂ ਨੂੰ ਉਸ ਇਸ ਵਿਤਕਰੇ ਦਾ ਸਾਰੀ ਉਮਰ ਹੀ ਸਾਹਮਣਾ ਕਰਨਾ ਪੈਂਦਾ। ਕੁਲਦੀਪ ਸਿੰਘ ਜੀ, ਇਹ ਦੇਖੋ ਨਾ, ਤੁਸੀਂ ਦੇਖੋ ਕਿ ਬੱਚੀ ਪੈਦਾ ਹੋ ਗਈ, ਉਹਨੂੰ ਪੜ੍ਹਾ ਵੀ ਦਿੱਤਾ, ਚਾਹੇ ਉਹਨੂੰ ਪ੍ਰੈਫਰੈਂਸ ਘੱਟ ਦਿੱਤੀ ਗਈ ਬੇਟੇ ਨਾਲੋਂ, ਬੇਟੀ ਨੂੰ ਪੜ੍ਹਾ ਵੀ ਦਿੱਤਾ, ਉਸ ਤੋਂ ਬਾਅਦ ਉਹਦਾ ਵਿਆਹ ਹੋ ਗਿਆ, ਉਦੋਂ ਘਰੇ ਉਹਨੂੰ ਕਹਿੰਦੇ ਰਹਿੰਦੇ ਆ ਕਿ ਤੂੰ ਅਗਲੇ ਘਰੇ ਜਾਣਾ, ਤੂੰ ਅਗਲੇ ਘਰੇ ਜਾਣਾ, ਉਹਨੂੰ ਇਹ ਅਹਿਸਾਸ ਕਰਾ ਦਿੱਤਾ ਜਾਂਦਾ ਕਿ ਆਹ ਤੇਰਾ ਘਰ ਨਹੀਂ ਹੈ। ਠੀਕ ਹੈ, ਹਾਂਜੀ ਹਾਂਜੀ। ਫਿਰ ਉਹ ਅਗਲੇ ਘਰ ਜਾਂਦੀ ਹੈ ਤੇ ਉੱਥੇ ਉਹਨੂੰ ਟ੍ਰੀਟ ਕੀਤਾ ਜਾਂਦਾ ਕਿ ਇਹ ਪਰਾਈਤੀ ਆ। ਹਾਂਜੀ ਹਾਂਜੀ, ਇਹ ਬਿਲਕੁਲ ਇਹ ਟ੍ਰੈਜਡੀ ਹੈ। ਉਹ ਬੱਚੀ ਇੱਕ 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 ਡਾਟਰ, ਇੱਕ ਬੇਟੀ, ਫਿਰ ਉਹ ਕਿਸੇ ਦੀ ਪਤਨੀ ਬਣ ਜਾਂਦੀ, ਫਿਰ ਮਾਂ ਵੀ ਬਣ ਜਾਂਦੀ, ਗਾਂ ਸੱਸ ਵੀ ਬਣ ਜਾਂਦੀ ਹੈ, ਹਰ ਕਿਰਦਾਰ ਦੇ ਵਿੱਚ ਉਹਦਾ ਆਪਦਾ ਘਰ ਨਹੀਂ ਦਿਖਦਾ ਕਿਤੇ ਵੀ। ਹਾਂਜੀ ਹਾਂਜੀ, ਬਿਲਕੁਲ ਠੀਕ ਹੈ ਕਿ ਉਹਦੇ ਸਾਰੀ ਉਮਰ ਹੀ ਉਹਨੂੰ ਕੋਈ ਇਹੋ ਜਿਹੀ ਜਗ੍ਹਾ ਨਹੀਂ ਦਿੱਤੀ ਜਾਂਦੀ ਜਿਹਨੂੰ ਕੋਈ ਆਪਣਾ ਆਖ ਸਕੇ। ਪਿਓ ਦੇ ਘਰ ਉਹ ਪਰਾਈ ਧੀ ਹੁੰਦੀ ਹੈ, ਸਹੁਰਿਆਂ ਦੇ ਘਰ ਉਹ ਦੂਸਰਿਆਂ ਦੀ ਧੀ ਹੁੰਦੀ ਹੈ। ਹਾਂਜੀ ਹਾਂਜੀ, ਤੇ ਉਹ ਜਿਹੜਾ ਘਰ ਹੁੰਦਾ ਉਹਦੇ ਹਸਬੈਂਡ ਦਾ ਹੁੰਦਾ ਜਾਂ ਸੱਸ ਸਹੁਰੇ ਦਾ ਹੁੰਦਾ, ਉਹ ਭਾਵੇਂ ਸਾਰੀ ਉਮਰ ਹੀ ਉਸ ਘਰ ਵਿੱਚ ਝੋਕ ਦੇਵੇ, ਉਸ ਘਰ ਦੀ ਬੱਚੇ ਪੈਦਾ ਕਰੇ, ਉਸ ਘਰ ਨੂੰ ਸੰਭਾਲੇ, ਉਸ ਘਰ ਦੀ ਰਸੋਈ 'ਚ ਕੰਮ ਕਰੇ, ਫਿਰ ਵੀ ਉਹਨੂੰ ਉਹ ਉਸ ਘਰ ਦੀ ਨਹੀਂ ਸਮਝਿਆ ਜਾਂਦਾ। ਇੱਥੋਂ ਤੱਕ ਇਸ ਟ੍ਰੈਜਡੀ ਦਾ ਤੁਸੀਂ ਦੇਖੋ ਕਿ ਜ਼ਿਆਦਤੀ ਦੀ ਕਿੰਨੀ ਹੱਦ ਹੈ ਕਿ ਔਰਤ ਦੇ ਜਦੋਂ ਗੁਜ਼ਰ ਵੀ ਜਾਂਦੀ ਹੈ, ਉਹ ਸਾਰੀ ਉਮਰ ਜਫ਼ਰ ਜਲਦੀ ਜਦੋਂ ਉਹਦਾ ਐਂਡ ਵੀ ਹੋ ਜਾਂਦਾ ਜੀ ਜੀ, ਤੇ ਉਹ ਫਿਰ ਜਿਹੜਾ ਖੱਫਨ ਹੈ ਉਹ ਉਹ ਉਸੇ ਪੇਕਿਆਂ ਕੋਲੋਂ ਉਹਨਾਂ ਕੋਲੋਂ ਉਹਦੀ ਉਮੀਦ ਰੱਖੀ ਜਾਂਦੀ ਹੈ। ਉਸ ਘਰ ਦੇ ਵਿੱਚ ਉਹਨੂੰ ਉਹ ਖੱਫਣ ਵੀ ਆਪਣਾ ਨਹੀਂ ਮਿਲਦਾ। ਰਾਈਟ ਰਾਈਟ ਰਾਈਟ, ਇਹਦਾ ਮਤਲਬ ਸੋ ਹਾਂ ਹਾਂ, ਸੋ ਇਸ ਤਰ੍ਹਾਂ ਇਹ ਜਿਹੜੀ ਹੈ ਉਹ ਜਿਹੜੀ ਜ਼ਿਆਦਤੀ ਹੈ ਹੋ ਰਹੀ ਹੈ। ਕੁਲਦੀਪ ਸਿੰਘ ਜੀ, ਹੁਣ ਆਪਾਂ ਚੱਲਦੇ ਹਾਂ ਤੁਹਾਡੀ ਐਨ ਜੀ ਓ ਵੱਲ। ਤੁਸੀਂ ਜੇ ਕਿਸੇ ਨੇ ਮੰਨ ਲਓ ਕੋਈ ਬੱਚੀ ਆ ਜਿਹੜੀ ਘਰੋਂ ਫਾਈਨੈਂਸ਼ਲੀ ਸਾਊਂਡ ਨਹੀਂ ਗਏ ਪਰ ਬੱਚੀਆਂ ਹੋਣਹਾਰ ਨੇ, ਤੁਹਾਨੂੰ ਕੰਟੈਕਟ ਕਰਨਾ ਹੈ ਤੇ ਤੁਸੀਂ ਆਪਦਾ ਨੰਬਰ ਜਿਹੜਾ ਉਹ ਵੈਬਸਾਈਟ ਬਣਾਈ ਹੋਈ ਹੈ, ਸਭ ਕੁਝ ਕੀਤਾ ਹੋਇਆ? ਹਾਂਜੀ ਹਾਂਜੀ, ਇਹ ਮੇਰਾ ਤੁਸੀਂ ਦੇਖ ਸਕਦੇ ਆ, ਇਹ ਕੈਮਰੇ ਤੇ ਆਉਂਦਾ ਹੈ? ਹਾਂਜੀ ਆ ਗਿਆ ਜੀ, ਆ ਗਿਆ। ਅਸੀਂ ਨਸ਼ਰ ਕਰ ਦਾਂਗੇ ਜੀ, ਤੁਹਾਡਾ ਫੋਨ ਨੰਬਰ ਉੱਤੇ ਜਿਹੜਾ ਹੈਗਾ ਨਸ਼ਰ ਕਰ ਦਾਂਗੇ ਜੀ। ਹਾਂਜੀ, ਇਹਦੇ ਸਾਰੀ ਇਨਫੋਰਮੇਸ਼ਨ ਹੈ। ਜਦੋਂ ਮੈਂ ਇੰਡੀਆ ਟਰੈਵਲ ਕਰਦਾ ਉਦੋਂ ਮੇਰਾ ਇਹ ਨੰਬਰ ਹੁੰਦਾ ਹੈ। ਠੀਕ ਹੈ ਜੀ, ਠੀਕ ਠੀਕ ਠੀਕ, ਇਹ ਤੁਸੀਂ ਸਾਨੂੰ ਭੇਜ ਦਿਓ, ਅਸੀਂ ਇਹਨੂੰ ਯੂਟਿਊਬ ਦੇ ਉੱਤੇ ਚੜਾ ਦਾਂਗੇ। ਠੀਕ ਹੈ ਜੀ, ਠੀਕ ਹੈ ਜੀ, ਥੈਂਕ ਯੂ। ਤੇ ਤੁਸੀਂ ਇੱਕ ਵਾਰ ਇੱਥੋਂ ਦਾ ਜੇ ਇੱਥੇ ਕਿਸੇ ਨੇ ਕੰਟੈਕਟ ਕਰਨਾ ਤਾਂ ਤੁਹਾਡਾ ਨੰਬਰ ਇੱਕ ਵਾਰ ਤੁਸੀਂ ਆਪ ਬੋਲ ਦਿਓ। ਹਾਂਜੀ, ਇਹ ਤਾਂ ਹੈਗਾ 630 3 0 5 3 0 5 32 33 3 2 3 6 no 33 32 33 okay 3 2 3 3 हां जी 32 33 630 305 32 33 जी। ਤੇ ਕੁਲਦੀਪ ਸਿੰਘ ਜੀ, ਕਿਹੜੇ ਕਿਹੜੇ ਸ਼ਹਿਰਾਂ 'ਚ ਤੁਸੀਂ ਉੱਥੇ ਸਰਵਿਸ ਪ੍ਰੋਵਾਈਡ ਕਰਵਾ ਰਹੇ ਹੋ, ਪੰਜਾਬ ਜਾਂ ਪੰਜਾਬ ਤੋਂ ਬਾਹਰ ਵੀ ਕਰਵਾ ਰਹੇ ਹੋ? ਇਹ ਸਾਡਾ ਸਾਰਾ ਅਜੇ ਸੈਂਟਰਲਾਈਜ਼ ਹੀ ਹੈ, ਪੰਜਾਬ ਹੀ ਹੈ। ਸਿਰਫ ਕਲਕੱਤੇ ਤੋਂ ਸਾਡੇ 3 ਲੜਕੀਆਂ ਨੇ, ਉਹ ਸਾਡੇ ਜਿਹੜੇ ਹੈਗੇ ਨੇ ਸਾਡੇ ਖਜ਼ਾਨਚੀ, ਉਹਨਾਂ ਦੇ ਕੰਟੈਕਟ ਸੀ ਅਤੇ ਉਹਨਾਂ ਕਰਕੇ ਅਸੀਂ ਉਹਨਾਂ ਲੜਕੀਆਂ ਨੂੰ ਸਪੋਂਸਰ ਕੀਤਾ ਜੀ, ਅਤੇ ਬਾਕੀ ਸਾਰੀਆਂ ਲੜਕੀਆਂ ਪੰਜਾਬ ਤੋਂ ਹੀ ਨੇ। ਕਿਹੜੇ ਕਿਹੜੇ ਸ਼ਹਿਰ ਦੇ ਵਿੱਚ ਤੁਸੀਂ ਪੜ੍ਹਾ ਰਹੇ ਹੋ? ਹਾਂ, ਸਾਡੇ ਕੋਲ ਇਸ ਵੇਲੇ ਇਹ ਹੈਗੇ ਜੇ 20 ਕਾਲਜ ਨੇ। ਅੱਛਾ ਜੀ, ਤੇ ਮੈਂ ਤੁਹਾਨੂੰ ਬਿਕੋਜ਼ ਮੈਂ ਸਾਰੀ ਲਿਸਟ ਪੜ੍ਹ ਕੇ ਫਟਾਫਟ ਦੱਸ ਦਿੰਦਾ। ਤੁਸੀਂ ਮੇਨ ਮੇਨ ਸ਼ਹਿਰਾਂ ਦਾ ਦੱਸ ਦਿਓ ਜੀ, ਉਸ ਤੋਂ ਬਾਅਦ ਅਸੀਂ ਉਹਦੇ ਵਿੱਚ ਕਰ ਦਾਂਗੇ। ਵੈਸੇ ਉਹ ਹੈਗੇ ਜੇ ਗੁਰਦਾਸਪੁਰ ਹੈ, ਅੰਮ੍ਰਿਤਸਰ, ਹੁਸ਼ਿਆਰਪੁਰ ਤੇ ਬਠਿੰਡਾ, ਮੋਹਾਲੀ ਤੇ ਉਹ ਮੁਕੇਰੀਆਂ ਵੀ ਹੁਸ਼ਿਆਰਪੁਰ 'ਚ ਆ ਜਾਂਦਾ, ਤਰਨ ਤਾਰਨ ਜੀ। ਹਾਂਜੀ, ਅਤੇ ਇਹ ਇਹਨਾਂ ਇਹਨਾਂ ਦੇ ਸ਼ਹਿਰਾਂ ਦੇ ਵਿੱਚ ਉਹ ਕਾਲਜ ਨੇ। ਅਸੀਂ ਉਹਨਾਂ ਕਾਲਜਾਂ ਵਿੱਚ ਹੀ ਜਾਂਦੇ ਹਾਂ ਜਿੱਥੇ ਇਹ ਕਿ ਸਧਾਰਨ ਘਰਾਂ ਤੋਂ ਜਿਹੜੀਆਂ ਲੜਕੀਆਂ ਜਾਂਦੀਆਂ ਨੇ, ਨੀਡੀ ਫੈਮਿਲੀਜ਼ ਦੇ ਵਿੱਚੋਂ, ਅਸੀਂ DAV ਕਾਲਜ ਜਾਂ ਹੋਰ ਸਾਰੇ ਉਹਨਾਂ ਕਾਲਜਾਂ 'ਚ ਨਹੀਂ ਜਾਂਦੇ ਕਿ ਉੱਥੇ ਤੋਂ ਪਹਿਲਾਂ ਹੀ ਉਹਨਾਂ ਦੇ ਕੋਲ ਉਹ ਸਟੂਡੈਂਟ ਆਉਂਦੇ ਨੇ ਜਿਹੜੇ ਕਿ ਵੈਲ ਟੂ ਡੂ ਹੁੰਦੇ ਆ। ਹਾਂਜੀ ਕੁਲਦੀਪ ਸਿੰਘ ਜੀ, ਆਪਾਂ ਅੱਗੇ ਵਧਾਂਗੇ ਤੁਹਾਡੀ NGO ਨੂੰ ਲੈ ਕੇ ਹੀ, ਬਹੁਤ ਕੁਐਸਚਨ ਨੇ ਤੇ ਆਪਣੇ ਨਾਲ ਕਾਲਰ ਵੀ ਜੁੜਨਗੇ ਤੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ। ਆਪਾਂ ਇਸੇ ਤਰ੍ਹਾਂ ਦਰਸ਼ਕ ਅਸੀਂ ਲੈਂਦੇ ਇੱਕ ਛੋਟੀ ਜਿਹੀ ਬ੍ਰੇਕ, ਤੁਸੀਂ ਬਣੇ ਰਹੋ ਜਸ ਪੰਜਾਬੀ ਤੇ ਇਸੇ ਤਰ੍ਹਾਂ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਓਪਨ ਪਲੇਟਫਾਰਮ, ਮੈਂ ਗੁਰਲਾਲ ਤੁਹਾਡੇ ਰੂਬਰੂ ਹੁੰਦਾ ਟਿਊਜ਼ਡੇ, ਵੈਂਸਡੇ, ਥਰਸਡੇ ਸ਼ਾਮ ਨੂੰ 9 ਵਜੇ ਕੈਲੀਫੋਰਨੀਆ ਸਟੂਡੀਓ ਤੋਂ ਪੈਸੀਫਿਕ ਟਾਈਮ ਤੇ। ਦਰਸ਼ਕੋ, ਸਾਡੇ ਨਾਲ ਜੁੜੇ ਹੋਏ ਨੇ ਧੀਆਂ ਪੁਕਾਰਦੀਆਂ ਦੇ NGO ਦੇ ਪ੍ਰੈਜ਼ੀਡੈਂਟ ਸਰਦਾਰ ਕੁਲਦੀਪ ਸਿੰਘ ਸਰਾਂ ਜੀ।
क्वेश्चन बहुत ने सरदार कुलदीप सिंह जी, ਤੁਸੀਂ ਕਿਸ ਤਰ੍ਹਾਂ ਮਤਲਬ ਕਿ ਤੁਸੀਂ ਜਾ ਕੇ ਉਹ ਬੱਚਿਆਂ ਦੇ ਮਾਂ-ਬਾਪ ਨਾਲ ਕੰਟੈਕਟ ਕਰਕੇ ਜਦੋਂ ਤੁਸੀਂ ਉਹਨਾਂ ਨੂੰ ਸਕੂਲਾਂ 'ਚ ਪੜ੍ਹਨ ਪਾ ਦਿੰਦੇ ਹੋ, ਉਸ ਤੋਂ ਬਾਅਦ ਜ਼ਿੰਮੇਵਾਰੀ ਹੋਰ ਨਹੀਂ ਵੱਧ ਜਾਂਦੀ ਕਿ ਬੱਚੀ ਕਿਸੇ ਗਲਤ ਰਾਸਤੇ 'ਤੇ ਪੈ ਗਏ ਤਾਂ ਉਲਾਮਾ ਸਾਨੂੰ ਆਊਗਾ? ਦੇਖੋ ਹੁਣ ਇਹਦੇ ਅਸਲ 'ਚ ਜਿਹੜੀ ਐਜੂਕੇਸ਼ਨ ਹੈ ਨਾ ਉਹ ਲੜਕੀਆਂ ਨੂੰ ਐਮਪਾਵਰ ਕਰਦੀ ਹੈ ਕਿ ਉਹ ਕਿਸੇ ਵੀ ਸਟੇਜ 'ਤੇ ਜਾ ਕੇ ਉਹ ਖੁਦ ਆਪਣੀ ਜਿਹੜੀ ਪ੍ਰੋਟੈਕਸ਼ਨ ਹੈ ਉਹ ਆਪ ਕਰਨ ਦੇ ਕਾਬਲ ਹੋ ਜਾਂਦੀਆਂ ਨੇ। ਜੇ ਤੁਸੀਂ ਲੜਕੀ ਨੂੰ ਜਿਸ ਲੜਕੀ ਨੂੰ ਪੜ੍ਹਨ ਦਾ ਮੌਕਾ ਹੀ ਨਹੀਂ ਦਿੰਦੇ, ਜੇ ਜਿਹੜੀ ਕਦੇ ਘਰੋਂ ਨਿਕਲੀ ਨਹੀਂ ਹੈ ਤਾਂ ਉਹ ਜ਼ਿਆਦਾ ਵਲਨਰੇਬਲ ਹੈ, ਉਹਦੀ ਜ਼ਿਆਦਾ ਜਿਹੜੀ ਪੋਜੀਸ਼ਨ ਹੈ ਉਹ ਵੀਕ ਹੈ, ਬਜਾਏ ਉਸ ਕੁੜੀ ਦੇ ਕਿ ਜਿਸ ਕੁੜੀ ਨੇ ਕਾਲਜ ਦੀ ਪੜ੍ਹਾਈ ਕੀਤੀ ਹੈ, ਉਹਨੇ ਕੁਛ ਥੋੜ੍ਹਾ ਆਲਾ ਦੁਆਲਾ ਦੇਖਿਆ, ਕੁਛ ਉਹਨੇ ਆਪਣੀ ਸਵੈ ਰੱਖਿਆ ਦਾ ਵੀ ਉਹਨੂੰ ਕੁਛ ਕੌਨਫੀਡੈਂਸ ਬਣਿਆ, ਇਸ ਕਰਕੇ ਉਹਨੂੰ ਉਹਨੂੰ ਜ਼ਿਆਦਾ ਚਾਂਸ ਹੁੰਦੇ ਆ ਕਿ ਉਹ ਇਸ ਕਾਬਲ ਹੋਊਗੀ ਕਿ ਆਪਣੀ ਰੱਖਿਆ ਆਪ ਕਰ ਸਕੇ। ਕੁਲਦੀਪ ਸਿੰਘ ਜੀ, ਆਪਣੇ ਨਾਲ ਕਾਲਰ ਜੁੜ ਗਏ, ਆਪਾਂ ਉਹਨਾਂ ਨੂੰ ਲੈ ਲਈਏ ਅਤੇ ਫਿਰ ਕੰਟੀਨਿਊ ਕਰਦੇ ਹਾਂ। ਹਾਂਜੀ ਹਾਂਜੀ ਹਾਂਜੀ, ਜ਼ਰੂਰ ਜ਼ਰੂਰ। ਹਾਂਜੀ ਪੰਨੂ ਸਾਹਿਬ, ਬਹੁਤ ਬਹੁਤ ਸਵਾਗਤ ਜੀ ਤੁਹਾਡਾ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਜੀ। ਸਰਦਾਰ ਕੁਲਦੀਪ ਸਿੰਘ ਸਰਾਂ ਜੁੜੇ ਹੋਏ ਨੇ ਜੀ, ਅਤੇ ਇਹ ਐਨ ਜੀ ਓ ਚਲਾ ਰਹੇ ਧੀਆਂ ਪੁਕਾਰ ਦੀਆਂ, ਇੰਡੀਆ ਦੇ ਵਿੱਚ ਗਰੀਬ ਘਰਾਂ ਦੀਆਂ ਬੱਚੀਆਂ ਨੂੰ ਇਹ ਪੜ੍ਹਾ ਰਹੇ ਨੇ। ਬੜਾ ਤਰੀਕਾ ਬਹੁਤ ਵਧੀਆ, ਆਪ ਹੀ ਐਕਸਪਲੇਨ ਕਰਨਗੇ ਕਿ ਪੂਰਾ ਇਕੱਠਾ ਪੈਸਾ ਨਹੀਂ ਭੇਜਦੇ ਇਹ, ਪਨੂ ਸਾਹਿਬ ਇਹ 2-4 ਮਹੀਨਿਆਂ ਦਾ ਭੇਜਦੇ ਤਾਂ ਕਿ ਬੱਚੀ ਦੇ ਪ੍ਰੋਗਰੈਸ ਦੇ ਉੱਤੇ ਨਿਗਾਹ ਰੱਖੀ ਜਾਵੇ, ਪ੍ਰਿੰਸੀਪਲ ਨਾਲ ਕਨੈਕਟਡ ਰਹਿੰਦੇ ਹੈ, ਕਾਲਜ ਯੂਨੀਵਰਸਿਟੀ ਦੇ ਜਿਹੜਾ ਸਟਾਫ ਹੈ ਉਹਨਾਂ ਨਾਲ ਕਨੈਕਟਡ ਰਹਿੰਦੇ ਕਿ ਬੱਚੀ ਕੀ ਕਰ ਰਹੀ ਹੈ ਕੀ ਨਹੀਂ, ਅਤੇ ਉਸ ਤਰ੍ਹਾਂ ਫੰਡ ਅਵੇਲੇਬਲ ਕਰਾ ਕੇ ਬੱਚੇ ਨੂੰ ਪੜ੍ਹਾ ਰਹੇ ਹੈ। ਅਤੇ ਤੁਹਾਡਾ ਕੋਈ ਕੁਐਸਚਨ ਹੈ ਸਰਦਾਰ ਕੁਲਦੀਪ ਸਿੰਘ ਤਾਂ ਦੱਸੋ, ਨਹੀਂ ਤਾਂ ਮੇਰੇ ਕੋਲ ਕੁਐਸਚਨ ਤੁਹਾਡੇ ਲਈ ਹੈਗੇ ਜੀ। ਮੈਂ ਇਹ ਕਹਾਂਗਾ ਕਿ ਸਰਦਾਰ ਕੁਲਦੀਪ ਸਿੰਘ ਹੁਣੀ ਬਹੁਤ ਵਧੀਆ ਕੰਮ ਕਰ ਰਹੇ ਨੇ, ਕਿਉਂਕਿ ਇੱਕ ਬੱਚੀ ਕਿਸੇ ਫੈਮਿਲੀ ਦੀ ਪੜ੍ਹ ਜਾਂਦੀ ਹੈ ਅਤੇ ਆਪਾਂ ਇਹ ਸਮਝਦੇ ਹਾਂ ਕਿ ਪੂਰਾ ਪਰਿਵਾਰ ਪੜ੍ਹ ਜਾਂਦਾ ਹੈ ਜੀ। ਔਰ ਜਿਹੜਾ ਇਹ ਕੰਮ ਕਰ ਰਹੇ ਨੇ ਬਹੁਤ ਸੋਹਣਾ ਕੰਮ ਕਰ ਰਹੇ, ਅਸੀਂ ਇਸ ਕੰਮ ਦੀ ਸ਼ਲਾਘਾ ਕਰਦੇ ਹਾਂ। ਅਤੇ ਹੋਰ ਇਹੀ ਗੱਲ ਹੈ ਕਿ ਇਹ ਬਹੁਤ ਵਧੀਆ ਗੱਲ ਹੈ, ਸ਼ਲਾਘਾ ਦੀ ਯੋਗ ਹੈ। ਅਸੀਂ ਇਹਨਾਂ ਦਾ ਸ਼ੁਭਕਾਮਨਾਵਾਂ ਦਿੰਦੇ ਜਿਹੜਾ ਇਹ ਕੰਮ ਕਰ ਰਹੇ ਆ, ਇਹ ਕਰਦੇ ਰਹਿਣ ਔਰ ਇਹਨਾਂ ਨੂੰ ਸਫਲਤਾ ਮਿਲੇ, ਔਰ ਉਹਨਾਂ ਬੱਚੀਆਂ ਵਾਸਤੇ ਵੀ ਅਸੀਂ ਕਾਮਨਾਵਾਂ ਕਰਦੇ ਹਾਂ ਕਿ ਉਹ ਬੱਚੀਆਂ ਕਾਮਯਾਬ ਹੋ ਕੇ ਅੱਗੇ ਹੋਰ ਅੱਗੇ ਤੋਂ ਅੱਗੇ ਚਿਰਗਾਹ ਵਾਲੀ ਅਗਲੀ ਜਨਰੇਸ਼ਨ ਨੂੰ ਬੱਚੀਆਂ ਦੇ ਪੜ੍ਹਨ ਦੇ ਵਿੱਚ ਹੈਲਪ ਕਰਨ। ਹਾਂਜੀ ਪੰਨੂ ਸਾਹਿਬ, ਇਹ ਪੂਰਾ ਪਰਿਵਾਰ ਹੀ ਇਸ ਕੰਮ 'ਤੇ ਲੱਗਿਆ ਹੋਇਆ, ਇਹ ਪ੍ਰੋਫੈਸਰ ਮਨਜੀਤ ਸਿੰਘ ਜੀ ਦੇ ਵੱਡੇ ਬ੍ਰਦਰ ਨੇ। ਅਤੇ ਪੰਨੂ ਸਾਹਿਬ, ਮੇਰਾ ਕੁਐਸਚਨ ਇਹ, ਖਾਸ ਕਰਕੇ ਪਿਛਲੇ 24 ਘੰਟਿਆਂ 'ਚ 3-4 ਹੋਏ ਬਹੁਤ ਕੇਸ ਹੋਣਗੇ ਜਿਹੜੇ ਹਾਈਲਾਈਟ ਨਹੀਂ ਹੋਏ, 3-4 ਇੰਨੇ ਘਿਨੌਨੇ ਕੇਸ ਆਏ ਆ ਕਿ ਬੱਚੀ ਪੜ੍ਹ ਵੀ ਜਾਂਦੀ ਆ, ਕਾਲਜ ਗ੍ਰੈਜੂਏਸ਼ਨ ਵੀ ਕਰ ਜਾਂਦੀ ਆ, ਔਰ ਉਸ ਤੋਂ ਬਾਅਦ ਵੀ, ਚਲੋ ਆਪਾਂ ਉਸ ਪਾਸੇ ਨਹੀਂ ਜਾਂਦੇ, ਆਪਾਂ ਇਸ ਪਾਸੇ ਜਾਂਦੇ ਕਿ ਇਹਨਾਂ ਨੇ ਬੱਚੀ ਪੜ੍ਹਾਤੀ, ਫਿਰ ਉਹ ਨੌਕਰੀ ਜਾ ਕੇ ਉਹਦੀ ਐਕਸਪਲੋਟੇਸ਼ਨ ਹੁੰਦੀ ਆ, ਉੱਥੇ ਐਜੂਕੇਸ਼ਨ ਕੀ ਕਰੂ? ਕੀ ਕੋਈ ਕੋਈ ਸਿਸਟਮ ਇਨ ਪਲੇਸ ਜਿਹਨਾਂ ਹਰੇਕ ਬੰਦਾ ਇੱਕ ਸੱਭਿਅ ਸਮਾਜ ਦਾ ਹਿੱਸਾ ਬਣੇ, ਕੁਛ ਇੱਦਾਂ ਦਾ ਹੋ ਸਕਦਾ? ਬਿਲਕੁਲ ਜੀ, ਸਾਨੂੰ ਇਹ ਸੋਚ ਬਦਲਣੀ ਪਏਗੀ, ਕਿਉਂਕਿ ਮੈਂ ਨਾ ਇੱਕ ਸਾਨੂੰ ਇਗਜ਼ਾਮਪਲ ਦੇਵਾਂ ਚਾਹਾਂਗਾ ਕਿ ਬੱਚੀਆਂ ਕਿਸੇ ਤੋਂ ਘੱਟ ਨਹੀਂ ਹੈ ਜੀ। ਅੱਜ ਤੋਂ 32 ਸਾਲ ਪਹਿਲਾਂ ਮੈਂ ਨਾ IIT ਖੜਗਪੁਰ ਵਿੱਚ MTech ਕਰਦਾ ਸੀਗਾ ਜੀ, ਤੇ ਉਦੋਂ ਸਰੋਜਨੀ ਨਾਇਡੂ ਹੋਸਟਲ ਦੇ ਵਿੱਚੋਂ 2 ਲੜਕੀਆਂ ਸਾਡੇ ਹੋਸਟਲ 'ਚ ਆਈਆਂ, ਸਾਨੂੰ ਕਹਿੰਦੀਆਂ, ਮੈਂ ਇਕੱਲਾ ਸਰਦਾਰ ਸੀ ਉਸ ਹੋਸਟਲ ਦੇ ਵਿੱਚ ਜੀ, ਉਹ ਕਹਿੰਦੀਆਂ ਕਿ ਅਸੀਂ ਇੱਕ ਨਾਟਕ ਪਲੇ ਕਰਨਾ ਔਰ ਸਾਡੇ ਸਿਰ 'ਤੇ ਪੱਗ ਬੰਨਣ ਦੀ ਲੋੜ ਆ। ਤੇ ਮੈਂ ਉਸ ਬੱਚੀ ਦੇ ਸਿਰ 'ਤੇ ਪੱਗ ਬੰਨ੍ਹਿਆ ਸੀ, ਔਰ ਉਹ ਲੜਕੀ ਫਾਈਨਲ ਈਅਰ ਕੈਮੀਕਲ ਇੰਜੀਨੀਅਰਿੰਗ ਦੀ ਸਟੂਡੈਂਟ ਸੀ ਜੀ। ਤਾਂ ਪੱਗ ਬੰਨਦੇ ਬੰਨਦੇ ਮੈਂ ਉਸ ਬੱਚੀ ਨੂੰ ਪੁੱਛਿਆ ਕਿ ਤੁਸੀਂ ਜੀ GRE ਦਾ ਐਗਜ਼ਾਮ ਦਿੱਤਾ? ਕਹਿੰਦੀ ਹਾਂਜੀ ਦਿੱਤਾ। ਮੈਂ ਕਿਹਾ ਜੀ ਕੀ ਸਕੋਰ ਆਇਆ? ਕਹਿੰਦੀ ਜੀ 2200 out of 2200। ਵਾਓ, 100%। ਹਾਂਜੀ, ਇਹ ਅੱਜ ਤੋਂ 32 ਸਾਲ ਪਹਿਲਾਂ ਦੀ ਗੱਲ ਹੈ। ਤਾਂ ਮੈਂ ਇਹ ਕਹਾਂਗਾ ਕਿ ਬੱਚੀਆਂ ਸ਼ੁਰੂ ਤੋਂ ਹੀ ਕੰਟਰੀਬਿਊਟ ਕਰ ਰਹੀਆਂ ਨੇ ਔਰ ਕਿਸੇ ਤੋਂ ਘੱਟ ਨਹੀਂ ਹੈ, ਐਜੂਕੇਸ਼ਨ ਦੇ ਫੀਲਡ ਦੇ ਵਿੱਚ ਬਹੁਤ ਵੱਡੇ ਮਾਰਕੇ ਮਾਰ ਰਹੀਆਂ ਨੇ, ਔਰ ਸਾਨੂੰ ਉਹਨਾਂ ਨੂੰ ਓਪਰਚੁਨਿਟੀ ਦੇਣੀ ਚਾਹੀਦੀ ਆ। ਔਰ ਜੇ ਕਿਤੇ ਇਹ ਬੱਚੀਆਂ ਨਾਲ ਕੋਈ ਘਟਨਾ ਵਾਪਰਦੀ ਹੈ ਜਾਂ ਕਿਤੇ ਹੁੰਦਾ ਹੈ, ਸਾਨੂੰ ਉਹਦੇ 'ਚ ਇੰਟਰਵੀਨ ਕਰਨਾ ਚਾਹੀਦਾ ਔਰ ਬੱਚੀਆਂ ਦੇ ਇਹਨਾਂ ਕੇਸਾਂ ਦੇ ਅੱਗੇ ਸਾਨੂੰ ਬੋਲਣਾ ਚਾਹੀਦਾ ਔਰ ਸਾਨੂੰ ਸਪੋਰਟ ਕਰਨੀ ਚਾਹੀਦੀ ਹੈ ਜੇ ਕਿਤੇ ਵੀ ਕੋਈ ਐਕਸਪਲੋਇਟੇਸ਼ਨ ਹੁੰਦੀ ਹੈ। ਜੀ ਜੀ ਜੀ, ਪਰ ਸਾਹਿਬ ਉਸ ਤੋਂ ਬਾਅਦ ਆਪਾਂ ਅਗਲੇ ਸਟੈਪ 'ਤੇ ਜਾਈਏ।
बच्ची बच्ची पढ़ भी जाती है, नौकरी भी लग जाती है, नहीं लगती, माँ बाप आपके वित्त मुताबक उसकी शादी कर देंगे। बाद च जी बिगेस्ट प्रॉब्लम जी डाउरी की आ, दहेज का जो कलंक है, यह समाज में कदों तक इदा ही खाता रहूगा जी? देखो जी, अपने जे आप इस मुल्क की गल करिए जिहड़ियां बच्चियां पढ़ लिख के बराबर कमा रही ने, आई टी इंडस्ट्री च काम कर रही, जिथे भी काम कर रही बराबर का कमा रही, तो उत्थे डायवरी का कोई इशू नहीं है। उत्थे आपां बच्चियां नूं बच्चियां दे लड़कियां दे बराबर समझते हैं। और इहदा इक्को एक हल है कि आपां एजुकेशन नूं तरजीह दित्ती जावे और बच्चियां पढ़ लिख के इंडिपेंडेंट होण, और असी जिहड़ा इत्थों दा सिस्टम है उस नूं इंडिया च कॉपी कर सकीए, अपने समाज विच उस नूं एस्टैबलिश कर सकीए। तां मैनूं तां इही एक हल नज़र आउंदा है कि असी उहनां दी एजुकेशन इंप्रूव करीए। पर सो ओ गल तुहाडी बिल्कुल सही है, इत्थों दी कापी आपां इंडिया च कर सकीए, बहुत चंगी गल है। प्रॉब्लम यह है कि बच्चियां इंडिया ज़्यादा पढ़ रही ने, ग्रैजुएशन ज़्यादा कर रही ने। प्रॉब्लम यह है कि जिन्हिया नौकरियां इतने US या बाहरलियां कंट्रियां अवेलेबल है उन्निया उत्थे है नहीं, वो नहीं होने करके फिर माँ बाप की जी जिम्मेवारी होंगी है कि छेती विआह कर दो, और विआह तो बाद फिर ग्राउंड जीरो पर आ जाती गल गल, या तो दहेज तो प्रॉब्लम शुरू हो जाती है, या फिर जो पुरुष प्रधान समाज है जोड़ा वो दबा शुरू कर देता है उस चीज़ में ना। जे जे सज अपने सभ्य समाज में जो सिरजना हो, जिदा सरदार कुलदीप सिंह सराह कहने कि एजुकेशन तो दे लाँगे, पर उस तो बाद जो सभ्य समाज के इज्जत की जी स्टेज है वह कि कायम की जाए? देखो जी, आपां अपनी सोच बदलनी पेगी, कहिंदे ना चैरिटी बिगन सेट होम, ये आपां खुद नूं ये सोचना पेगा कि असी अपना एक औरत दे प्रति रवैया जिहड़ा है उस नूं कितना चेंज कर सकते हैं, उन्हूं चेंज करिए, उन्हूं बराबर मनिए। इथों के बच्चे इमीडिएटली, चाहे बेटी है चाहे बेटा हो, जदों भी आपां कोई गल करदे ना उन्हूं लगदा ना कि साडे पेरेंट्स किसी मेल मैंबर की या मेल बच्चे की फेवर कर रहे हैं, तो उस वेले सानू कह देंदे कि यू आर सैक्सिस्ट, तुसी सैक्स दे बेस ते डिस्क्रिमिनेशन कर रहे हो, तुसी इत्थे गलत हो। हाँ जी, हाँ वो जी। एजुकेटेड बच्चे उस वेले कह देंदे ने जी जी जी, ता ए सानू उत्थे भी ए अपने मैसेज देना पएगा, अपने भैन भरावां नूं ये समझाउणा पएगा कि साडियां जिहड़ियां बच्चियां ने ओह किसे तों घट नहीं है, और सानू ये सोच बदलनी पएगी। इन्ना कम्युनिकेशन ज्यादा हो गया, सानू ये मैसेज देना चाहीदा जी, अपने भैन भरावां नूं जिहड़े इंडिया बैठे ने जी जी जी। पुन्नू साहब, तुसीं टाइम कढ़िया, तुहाडा बहुत बहुत धन्नवाद जी। थैंक यू जी, मेहरबानी। सरदार कुलदीप सिंह जी, आप गल करते पहले तुसी आपका सिस्टम दसो कि तुसी कहने तुसी कॉलेज यूनिवर्सिटी के स्टाफ ना जुड़ के उन्होंने पूरा जड़ा हैगा कि उन्होंने प्रोग्रेस पर निगाह रखते हैं, तो फिर जोड़े फंड्स है तुसी उन्होंने अकाउंट च पाने, कदे तुहानू शिकायत आई कि जोड़े फंड है मिसयूज होए? नहीं जी, पहली गल तो हैगी है कि असी लड़कियां ही ਉਹ ਲੈਂਦੇ ਹਾਂ ਜਿਹੜੀਆਂ ਕਿ ਜ਼ਿੰਮੇਵਾਰ ਹੁੰਦੀਆਂ ਨੇ, ਲੋੜਵੰਦ ਹੁੰਦੀਆਂ ਨੇ, ਅੱਛੀਆਂ ਸਟੂਡੈਂਟ ਹੁੰਦੀਆਂ ਨੇ, ਉਹਨਾਂ ਨੂੰ ਪੜ੍ਹਾਈ ਤੋਂ ਜ਼ਿਆਦਾ ਉਹਨਾਂ ਨੂੰ ਹੋਰ ਕੋਈ ਸ਼ੌਕ ਨਹੀਂ ਹੁੰਦਾ, ਅਤੇ ਅਸੀਂ ਉਹਨਾਂ ਨੂੰ 1000 ਰੁਪਏ ਮਹੀਨਾ ਉਹਨਾਂ ਦੇ ਅਕਾਊਂਟ ਵਿੱਚ ਹਰ ਮਹੀਨੇ ਭੇਜਦੇ ਹਾਂ। ਉਹ ਪੈਸੇ ਉਹਨਾਂ ਨੂੰ ਹਰ ਮਹੀਨੇ ਕਢਵਾਉਂਦੀਆਂ ਨਹੀਂ ਹੈ, ਉਹ ਜਦੋਂ ਉਹਨਾਂ ਨੇ ਹਰ ਸਮੈਸਟਰ ਦੀ ਫੀਸ ਦੇਣੀ ਹੁੰਦੀ ਹੈ ਉਦੋਂ ਫਿਰ ਉਹ ਇਕੱਠੇ 6 ਮਹੀਨਿਆਂ ਦੇ ਪੈਸੇ ਕਢਾ ਕੇ ਜਾਂ ਆਪਣੇ ਵਿੱਚ ਹੋਰ ਪਾ ਕੇ ਜੇ ਲੋੜ ਹੋਵੇ ਤਾਂ ਉਹ ਫੀਸ ਪੇ ਕਰ ਦਿੰਦੀਆਂ ਨੇ। ਇਸ ਕਰਕੇ ਸਾਨੂੰ ਇਹ ਨਹੀਂ ਹੈ, ਇਹ ਸ਼ਿਕਾਇਤ ਆਈ ਕਦੀ। ਅਤੇ ਬਾਕੀ ਜਿੱਥੋਂ ਤੱਕ ਹੈਗੀ ਆ ਉਹਨਾਂ ਦੀ ਐਕੇਡੈਮਿਕ ਜ਼ਿੰਮੇਵਾਰੀ ਦੀ, ਉਹ ਅਸੀਂ ਹਰ ਕਾਲਜ ਦੇ ਵਿੱਚ 3 ਮੈਂਬਰੀ ਮੋਨੀਟਰਿੰਗ ਕਮੇਟੀ ਬਣਾਈ ਹੁੰਦੀ ਹੈ, ਉਹਦੇ ਵਿੱਚ ਪ੍ਰਿੰਸੀਪਲ ਹੁੰਦਾ, ਇੱਕ ਸਟਾਫ ਮੈਂਬਰ ਹੁੰਦਾ ਅਤੇ ਇੱਕ ਸਟੂਡੈਂਟ ਮੈਂਬਰ ਹੁੰਦਾ। ਉਹ ਤਿੰਨੇ ਵਲੰਟੀਅਰ ਹੀ ਕਰਦੇ ਨੇ ਆਪਣੀਆਂ ਸਰਵਿਸਿਸ, ਉਹਨਾਂ ਨੂੰ ਪਹਿਲਾਂ ਪੁੱਛ ਲੈਂਦੇ ਹਾਂ ਕਿ ਤੁਸੀਂ ਇਹ ਜ਼ਿੰਮੇਵਾਰੀ ਨਿਭਾਓਗੇ, ਅਤੇ ਉਹ ਸਾਨੂੰ ਫਿਰ ਉਹਨਾਂ ਦੇ ਕੋਲ ਸਾਰਿਆਂ ਕੋਲ ਤਿੰਨਾਂ ਦੇ ਕੋਲ ਕੁੜੀਆਂ ਦੀ ਲਿਸਟ ਹੁੰਦੀ ਹੈ, ਅਤੇ ਉਹ ਅੱਜ ਕੱਲ੍ਹ ਉਹਨਾਂ ਸਾਰੀਆਂ ਦੇ ਵਟਸਐਪ 'ਤੇ ਅਕਾਊਂਟ ਵੀ ਹੈਗੇ ਆ, ਅਤੇ ਇਸ ਕਰਕੇ ਅਤੇ ਉਹਨਾਂ ਨੂੰ ਜੇ ਕੋਈ ਮੁਸ਼ਕਲ ਵੀ ਆਵੇ ਤਾਂ ਉਹ ਵੀ ਦੱਸ ਦਿੰਦੀਆਂ ਨੇ, ਅਤੇ ਜੇ ਕੋਈ ਅਣਗਹਿਲੀ ਵੀ ਕਰਦਾ ਪੜ੍ਹਾਈ ਪ੍ਰਤੀ ਤਾਂ ਉਹਦਾ ਵੀ ਪਤਾ ਲੱਗ ਜਾਂਦਾ ਹੈ। ਅਤੇ ਸਾਨੂੰ ਪ੍ਰਿੰਸੀਪਲ ਜਿਹੜੇ ਹੈਗੇ ਨੇ ਉਹ ਸਾਡੇ ਇੱਕ ਫਿਕਸ ਫਾਰਮ ਹੈਗੇ ਨੇ, ਉਹ ਫਾਰਮ ਦੇ ਵਿੱਚ ਸਾਨੂੰ ਹਰ ਸਮੈਸਟਰ ਦੇ ਬਾਅਦ ਹਰ ਕੁੜੀ ਦਾ ਰਿਜ਼ਲਟ ਭੇਜ ਦਿੰਦੇ ਨੇ ਕਿ ਇਸ ਕੁੜੀ 'ਤੇ ਕਿੰਨੇ ਨੰਬਰ ਆਏ ਇਸ ਸਮੈਸਟਰ ਦੇ ਵਿੱਚੋਂ, ਅਤੇ ਇਸ ਤਰ੍ਹਾਂ ਸਾਨੂੰ ਉਹਨਾਂ ਦੀ ਜਿਹੜੀ ਐਕੇਡੈਮਿਕ ਪਰਫੋਰਮੈਂਸ ਹੈ ਉਹਦੇ ਬਾਰੇ ਵੀ ਸਾਨੂੰ ਪੂਰਾ ਪਤਾ ਲੱਗਦਾ ਰਹਿੰਦਾ ਜੀ ਜੀ।
ਸਦਾ ਕੁਲਦੀਪ ਸਿੰਘ ਜੀ, ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ ਅਤੇ ਫਿਰ ਕੰਟੀਨਿਊ ਕਰਾਂਗੇ ਆਪਾਂ ਇਸੇ ਤਰ੍ਹਾਂ ਪ੍ਰੋਗਰਾਮ। ਦਰਸ਼ਕੋ, ਅਸੀਂ ਰੁਕਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ, ਤੁਸੀਂ ਇਸੇ ਤਰ੍ਹਾਂ ਬਣੇ ਰਹੋ ਜਸ ਪੰਜਾਬੀ 'ਚ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫਿਰ ਪ੍ਰੋਗਰਾਮ ਓਪਨ ਪਲੈਟਫਾਰਮ। ਮੈਂ ਤੁਹਾਡਾ ਗੁਰਲਾਲ ਰੂਬਰੂ ਹੁੰਦਾ ਟਿਊਜ਼ਡੇ, ਵੈਨਸਡੇ, ਥਰਸਡੇ ਸ਼ਾਮ ਨੂੰ 9 ਵਜੇ ਪੈਸੀਫਿਕ ਟਾਈਮ ਸਾਡੇ ਕੈਲੀਫੋਰਨੀਆ ਸਟੂਡੀਓ ਤੋਂ। ਦਰਸ਼ਕੋ, ਆਪਣੇ ਨਾਲ ਜੁੜੇ ਨੇ ਧੀਆਂ ਪੁਕਾਰ ਦੀਆਂ ਐਨ ਜੀ ਓ ਦੇ ਪ੍ਰੈਜੀਡੈਂਟ ਸਰਦਾਰ ਕੁਲਦੀਪ ਸਿੰਘ ਸਰਾਂ, ਅਤੇ ਆਪਣਾ ਕਾਲਰ ਵੀ ਜੁੜ ਗਏ ਹੈ। ਕੁਲਦੀਪ ਸਿੰਘ ਜੀ, ਆਪਾਂ ਇੱਕ ਦੋ ਕਾਲਾਂ ਜੁੜ ਗਏ ਹਾਂ, ਆਪਾਂ ਕਾਲ ਲੈ ਕੇ ਅਤੇ ਫਿਰ ਕੰਟੀਨਿਊ ਕਰ ਦੇਈਏ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਸਾਹਿਬ ਬੋਲ ਰਹੇ ਜੀ? ਹਾਂਜੀ ਗੁਰਲਾਲ ਜੀ, ਮੈਂ ਗੁਰਦੇਵ ਢੀਂਡਸਾ ਬੋਲ ਰਿਹਾ ਲੋਸ ਐਂਜਲਸ ਤੋਂ। ਹਾਂਜੀ ਢੀਂਡਸਾ ਸਾਹਿਬ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ, ਕੀ ਕਹਿਣਾ ਚਾਹੋਗੇ ਜੀ? ਹਾਂਜੀ ਮੈਂ ਕਹਿਣਾ ਚਾਹੁੰਦਾ ਵੀ ਸਰਦਾਰ ਕੁਲਦੀਪ ਸਿੰਘ ਹੋਣੀ ਬਹੁਤ ਸੁਭਾਵਨ, ਅੱਛਾ ਸੁਭਾਵਨ ਆ ਰਹੇ ਆ ਜੀ, ਪਰ ਜਿਹੜਾ ਤੁਸੀਂ ਪਹਿਲਾਂ ਜ਼ਿਕਰ ਕੀਤਾ ਇਹ ਪਾਕਿਸਤਾਨ ਦਾ ਜਾਂ ਆਪਣੇ ਆਪਣੇ ਕੁੜੀਆਂ ਨੂੰ ਇੱਜ਼ਤ ਦੀ ਖਾਤਰ, ਪ੍ਰਾਣੀ ਦੀ ਖਾਤਰ ਮਾਰ ਦਿੱਤਾ ਜਾਂਦਾ ਜੀ 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 ਹਾਂਜੀ। ਇਹ ਹੁਣ ਦੇਖੋ, ਇੱਥੇ ਆਪਾਂ ਅਮੈਰੀਕਾ 'ਚ ਰਹਿ ਰਹੇ ਹਾਂ ਜੀ, ਇੱਥੇ ਦਾ ਤੁਹਾਨੂੰ ਪਤਾ ਹੀ ਆ ਕਿੱਦਾਂ ਸਭ ਕੁਛ ਬਦਲ ਗਿਆ ਹੈਗਾ ਜੀ ਜੀ ਜੀ। ਕੁੜੀਆਂ ਮੁੰਡਿਆਂ ਨੂੰ ਖੋਲ੍ਹ ਲਿਆ ਆਪਣੇ, ਅਸੀਂ ਵੀ ਆਪਾਂ ਮਾਂ ਬਾਪ ਵੀ ਸਵੀਕਾਰ ਕਰ ਲਿਆ ਪਿਆ ਇੱਥੇ ਦਾ ਕਲਚਰ ਜੀ ਜੀ ਜੀ। ਬਹੁਤ ਪਿੱਛੇ ਹੁਣ ਗੱਲ ਇਹ ਆ ਕਿ ਮੀਡੀਆ, ਸੋਸ਼ਲ ਮੀਡੀਆ ਇੰਡੀਆ 'ਚ ਵੀ ਚੱਲਿਆ ਆ, ਫੋਨਾਂ 'ਤੇ ਸਭ ਕੁਛ ਦੇਖ ਰਹੇ ਆ, ਕਾਪੀ ਕਰ ਰਹੇ ਆ। ਹਾਂਜੀ ਇਹਦੇ ਵਿੱਚ ਆਪਾਂ ਇੰਡੀਆ ਦੇ ਵਿੱਚ ਮਾਰ ਖਾ ਰਹੇ ਹਾਂ, ਕਰਕੇ ਇਹ ਕਲਚਰ ਇਹ ਓਵਰਨਾਈਟ ਇਹੋ ਜਿਹਾ ਜਿਹੜਾ ਆਪਣੇ ਚੱਲਿਆ ਆ ਰਿਹਾ ਇੰਡੀਆ ਤੋਂ ਪਿਛਲੇ, ਇਹ ਨਹੀਂ ਚੇਂਜ ਹੋ ਸਕਦਾ ਓਵਰਨਾਈਟ। ਓਵਰਨਾਈਟ ਸਰ, ਜੇ ਆਪਾਂ ਕਰੀਏ ਅਰਬਨ, ਅਰਬਨ ਏਰੀਏ 'ਚ ਤਾਂ ਕਾਫੀ ਠੀਕ ਹੈ ਕੰਮ, ਪਰ ਰੂਰਲ ਏਰੀਏ ਨੂੰ ਥੋੜ੍ਹਾ ਟਾਈਮ ਲੱਗੂਗਾ ਜੀ, ਜਿੱਥੋਂ ਤੱਕ ਮੇਰੀ ਸਟੱਡੀ ਹੈ ਜੀ। ਹਾਂਜੀ ਬਿਲਕੁਲ ਟਾਈਮ ਲੱਗੇ, ਹਾਂਜੀ ਲੱਗੇਗਾ, ਜੇ ਅਰਬਨ ਏਰੀਆ 'ਚ ਵੀ ਹੈਗਾ ਬੜਾ ਹੈਗਾ। ਮੈਂ ਤੁਹਾਨੂੰ ਮੈਂ ਗੱਲ ਦੱਸਦਾ ਕਿ ਮੈਂ ਪਿੱਛੇ, ਹਾਂਜੀ ਸੁਣ ਰਿਹਾ ਗੱਲ, ਮੈਂ ਬੰਬੇ ਗਿਆ ਸੀ ਜੀ 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 ਜੀ। ਬੰਬੇ ਉੱਥੇ ਇੱਕ ਏਰੀਆ ਆਇਆ, ਉਹਨੂੰ ਕਹਿੰਦੇ ਆ ਲਿਟਲ ਕਸ਼ਮੀਰ, ਬੜਾ ਹਾਈ ਪਹਾੜੀ 'ਤੇ ਬਣਿਆ ਹੋਇਆ। ਹਾਂਜੀ ਅਤੇ ਮੈਂ ਗੱਲ ਹੈਗੀ 10 ਸਾਲ ਪਹਿਲਾਂ ਦੀ, ਕੋਈ 10-12 ਸਾਲ ਪਹਿਲਾਂ ਦੀ ਗੱਲ ਆ ਜੀ। ਹਾਂਜੀ ਉੱਥੇ ਵੀ ਮੈਂ ਵੈਸੇ ਤਾਂ ਕੁੜੀਆਂ ਸੀਨ ਬਣਾ ਰਿਹਾ ਸੀਗਾ ਆਪੇ, ਵੈਸੇ ਹੀ ਮੇਰੇ ਕੋਲ ਮੇਰੀ ਹੋਬੀ ਆ ਕਿ ਸੀਨ ਲੈਣੇ। ਤਾਂ ਉੱਥੇ ਉਹ ਉੱਥੇ ਕੀ ਸੀਗਾ ਜੀ, ਕਪਲ ਮੈਂ ਦੇਖੇ ਇੱਥੇ, ਕੋਈ ਆਪਣੀ ਗਰਲਫ੍ਰੈਂਡ ਮੁੰਡਾ ਮਤਲਬ ਉੱਥੇ ਪਿਆ, ਜਦੋਂ ਮੈਂ ਦੇਖਿਆ ਤਾਂ ਇੱਕਦਮ ਦੌੜ ਗਿਆ। ਅੱਛਾ ਜੀ, ਹੁਣ ਤੁਸੀਂ ਅਰਬਨ ਦੀ ਗੱਲ ਕਰੋ, ਬੰਬੇ ਐਸੇ ਜਿਹੇ ਮਾਡਰਨ ਸ਼ਹਿਰ ਆ। ਹਾਂਜੀ ਹਾਂਜੀ, ਉੱਥੇ ਵੀ ਉਹ ਇਸ ਤਰ੍ਹਾਂ ਦੇ ਮੇਰੇ ਤੋਂ ਦੌੜੇ, ਸ਼ਰਮ ਦੇ ਮਾਰੇ ਕਿ ਬੰਦਾ ਵੀਡੀਓ ਬਣਾ ਰਿਹਾ। ਇਹ ਖੈਰ 12-13 ਸਾਲ ਪਹਿਲਾਂ ਦੀ ਗੱਲ ਆ ਜੀ 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 ਜੀ। ਸੋ ਇਹਨਾਂ ਗੱਲਾਂ ਅਜੇ ਵੀ ਉੱਥੇ ਸ਼ਰਮ ਮਹਿਸੂਸ ਕਰਦੇ ਆ, ਇਸ ਲਈ ਇੰਨੇ ਖੁੱਲ੍ਹ ਨਹੀਂ ਹੈ ਉਹ, ਤਾਂ ਸਮਝਦੇ ਆਪਣੇ ਆਪ ਨੂੰ ਜਿੱਦਾਂ ਆਪਣੇ ਬੈਸਟ ਮੁਲਕਾਂ 'ਚ। ਹਾਂਜੀ ਹਾਂਜੀ, ਅਤੇ ਸੋ ਇਸ ਕਰਕੇ ਮੇਰਾ ਇਹ ਕਹਿਣਾ ਹੈਗਾ ਵੀ ਅਸੀਂ ਇਹ ਚੀਜ਼ਾਂ ਜਿਹੜੀਆਂ ਆਪਣੇ ਇੱਜ਼ਤ ਦੀ ਖਾਤਰ ਉੱਥੇ ਕਤਲ ਕਰ ਦਿੰਦੇ ਆਪਣੀਆਂ ਕੁੜੀਆਂ ਨੂੰ, ਇਹ ਅਜੇ ਸਹਿਜੇ ਕੀਤੇ ਨੇ ਜਾਣ ਵਾਲਾ। ਇਹ ਮਤਲਬ ਇੱਕਦਮ ਤੇ ਆਪਣੇ ਸੋਸ਼ਲ ਮੀਡੀਆ ਦਿਖਾ ਰਿਹਾ, ਬੈਸਟ ਮੋਲਜ ਹੋ ਰਿਹਾ, ਆਪਣਾ ਕਲਚਰ ਵੀ ਖੋਲ੍ਹ ਕਰ, ਲੇਕਿਨ ਜਿਹੜਾ ਆਪਣਾ ਕਲਚਰ ਆ ਇਹਨੇ ਲੋਕ ਕਰ ਰਿਹਾ, ਇਹ ਅਜੇ ਟਾਈਮ ਲਏਗਾ, ਇਹ ਇੱਕ ਜਨਰੇਸ਼ਨ ਗੈਪ ਲਊਗੀ ਜੀ। ਬਾਕੀ ਬੇਸਿਕ ਗੱਲ ਤਾਂ ਇਹ ਹੈ ਕਿ ਜੇ ਬੱਚੀ ਪੜ੍ਹ ਗਈ ਹੈ, ਉਸ ਤੋਂ ਬਾਅਦ ਜੇ ਆਪਦੀ ਕੋਈ ਮਰਜ਼ੀ ਕਰਦੀ ਹੈ, ਉਹਦਾ ਇਹ ਚੀਜ਼ ਇਹ ਦੇਖਣੀ ਹੁੰਦੀ ਹੈ ਕਿ ਉਹ ਸੁਖੀ ਰਹੇ ਬਾਅਦ ਦੇ ਵਿੱਚ, ਠੀਕ ਹੈ ਨਾ। ਉਸ ਤੋਂ ਬਾਅਦ ਹਾਂਜੀ, ਉਸ ਤੋਂ ਬਾਅਦ ਜੇ ਕੋਈ ਬੱਚੀ ਕੋਈ ਹੋਰ ਗਲਤ ਸਟੈਪ ਚੱਕ ਲੈਂਦੀ ਤਾਂ ਉਹਨੂੰ ਸਮਝਾਇਆ ਜਾ ਸਕਦਾ, ਜੇ ਉਹ ਨਹੀਂ ਸਮਝਦੀ ਤਾਂ ਉਹਨੂੰ ਉਹਦੇ ਹਾਲ 'ਤੇ ਛੱਡਿਆ ਜਾ ਸਕਦਾ, ਬਜਾਏ ਕਿ ਉਹਨੂੰ ਫਿਜੀਕਲ ਰਿਸਟ੍ਰੇਨ ਕਰਨ ਦੇ ਜਾਂ ਕੋਈ ਇੱਦਾਂ ਦਾ ਕੰਮ ਕਰਨ ਦੇ ਜਿਹੜਾ ਜਿਹਦੇ ਨਾਲ ਕਿ ਕੋਈ ਬੰਦਾ ਜਹਾਨ ਤੋਂ ਹੀ ਚਲਾ ਜਾਵੇ। ਤੁਸੀਂ ਢੀਂਡਸਾ ਸਾਹਿਬ ਕਾਲ ਕੀਤੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਓਕੇ ਜੀ, ਥੈਂਕ ਯੂ ਜੀ। ਹਾਂਜੀ ਸਤਿ ਸ਼੍ਰੀ ਅਕਾਲ ਬਾਜਵਾ ਸਾਹਿਬ, ਤੁਸੀਂ ਔਨ ਏਅਰ ਹੋ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਗੁਰਲਾਲ ਜੀ, ਸਤਿ ਸ਼੍ਰੀ ਅਕਾਲ ਬਾਜਵਾ ਸਾਹਿਬ, ਬਹੁਤ ਬਹੁਤ ਸਵਾਗਤ। ਸਰਦਾਰ ਕੁਲਦੀਪ ਸਿੰਘ ਜੀ ਜੁੜੇ ਹੋਏ ਨੇ ਜੀ। ਹਾਂਜੀ ਸਰਦਾਰ ਕੁਲਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਡਾਕਟਰ ਬਾਜਵਾ ਬੋਲ ਰਿਹਾ ਜੀ, ਮੈਂ ਸ਼ਿਕਾਗੋ ਤੋਂ। ਹਾਂਜੀ ਹਾਂਜੀ, ਔਰ ਅਸੀਂ ਆਫਿਸ 'ਚ ਜਾ ਕੇ ਦੇਖਿਆ, ਮੈਂ ਕੋਈ 2 ਸਾਲ ਪਹਿਲਾਂ ਇਹਨਾਂ ਦੇ ਕੰਟੈਕਟ 'ਚ ਆਇਆ ਸੀ, ਅਤੇ ਬੜੇ ਔਰਗਨਾਈਜ਼ਡ ਵੇ ਦੇ ਨਾਲ ਇਹ ਸਾਰਾ ਕੰਮ ਚਲਾਉਂਦੇ ਆ ਜੀ, ਪਰ ਇਹਨਾਂ ਦੇ ਓਵਰ ਹੈਡ ਬਹੁਤ ਘੱਟ ਹੈ ਦੂਜੇ ਐਨ ਜੀ ਓਜ਼ ਨਾਲ, ਇਹਨਾਂ ਦਾ ਇਹ ਬਹੁਤ ਵੱਡਾ ਫਰਕ ਹੈ ਜੀ ਜੀ ਜੀ। ਇਹਨਾਂ ਦਾ ਕੋਈ ਪਰਸਨਲ
ਕੋਈ ਪਰਸਨਲ ਸੈਕਟਰੀ ਜਾਂ ਦੂਜਾ ਨਹੀਂ ਹੈ ਜੀ। ਜਦੋਂ ਇਹ ਇੰਡੀਆ ਵੀ ਜਾਂਦੇ ਆ ਇਹ ਆਪਣੇ ਖਰਚੇ ਜਾਂਦੇ ਆ ਔਰ ਇਹ ਪੱਕੀ ਗੱਲ ਹੈ। ਹਾਂਜੀ ਹਾਂਜੀ, ਤੇ ਆ ਕੇ ਜੋ ਇਹਨਾਂ ਦਾ ਖਰਚ ਹੁੰਦਾ ਹੈ ਆਪਣੀ ਜੇਬ ਤੋਂ ਲਾਉਂਦੇ ਆ। ਸੋ ਜਿੰਨਾ ਇਹਨਾਂ ਨੂੰ ਅਸੀਂ ਪੈਸਾ ਦਿੰਦੇ ਆ ਕੰਟਰੀਬਿਊਟ ਕਰਦੇ ਆ ਉਹਦੇ ਚ ਇਹ 90-95% ਜਿਹੜਾ ਵਾ ਇਹ ਉਧਰ ਆਪਣੇ ਮਿਸ਼ਨ ਤੇ ਲਾ ਦਿੰਦੇ ਆ। ਬਹੁਤ ਚੰਗੀ ਗੱਲ। ਔਰ ਇਹਨਾਂ ਨੇ ਹੋਰ ਇਹਨਾਂ ਨੇ ਨਵਾਂ ਕੰਮ ਇੱਥੋਂ ਦੇਖਿਆ ਵੀ ਆ ਜਿਹੜੇ ਫਾਰਮਰ ਐਜੂਕੇਸ਼ਨ ਦੇ ਕਈ ਪੇਰੈਂਟਸ ਦੀ ਫਾਰਮਰ ਦੀ ਸੁਇਸਾਈਡ ਜਾਂ ਸੁਇਸਾਈਡ ਹੋ ਗਈ ਜਾਂ ਉਹ ਠੰਡ ਨਾਲ ਜਾਂ ਕਿਸੇ ਗੱਲ ਚ ਚੱਲ ਵਸੇ ਸ਼ਹੀਦੀ ਪਾ ਗਏ ਤੇ ਇਹ ਉਹਨਾਂ ਦੀਆਂ ਬੱਚੀਆਂ ਵੀ ਇਹਨਾਂ ਨੇ ਆਈਡੈਂਟੀਫਾਈ ਕਰਨੀਆਂ ਸ਼ੁਰੂ ਕਰ ਦਿੱਤੀਆਂ ਔਰ ਉਹਨਾਂ ਨੂੰ ਵੀ ਇਹ ਦੇਣਗੇ। ਔਰ ਉਸ ਤੋਂ ਪਹਿਲਾਂ ਇਹ ਜੋ ਕਰਦੇ ਸੀ ਇਹ ਜਿਹੜੇ ਐਡਿਕਸ਼ਨ ਫੈਮਿਲੀਜ਼ ਦੇ ਬੱਚੇ ਸ਼ਿਕਾਰ ਹੈ ਇਹ ਉਹਨਾਂ ਬੱਚਿਆਂ ਨੂੰ ਵੀ ਇਸ ਪ੍ਰੋਗਰਾਮ ਦੇ ਵਿੱਚ ਐਨਰੋਲ ਕਰਦੇ ਆ। ਸੋ ਇੱਕ ਬੜਾ ਬਾਕੀ ਜੋ ਤੁਸੀਂ ਕਿਹਾ ਵੀ ਜਿਹੜੀ ਐਮਪਾਵਰਮੈਂਟ ਹੈ ਇਹ ਤਾਂ ਐਜੂਕੇਸ਼ਨ ਨਾਲ ਹੀ ਆਉਣੀ ਹੈ। ਐਜੂਕੇਸ਼ਨ ਨੇ ਸਾਰੇ ਰਾਹ ਖੋਲ ਦੇਣੇ ਆ। ਉਹ ਬੱਚਿਆਂ ਨੂੰ ਆਪਣੇ ਰਾਈਟਸ ਦਾ ਪਤਾ ਲਾ ਦਿੰਦੀ ਹੈ, ਉਹਨਾਂ ਨੂੰ ਆਪਣੀ ਨੌਕਰੀ ਕਰਨ ਦੇ ਕਾਬਲ ਬਣਾ ਦਿੰਦੀ ਹੈ। ਸੋ ਉਹ ਸਮਾਜ ਦੇ ਵਿੱਚ ਜ਼ਿਆਦਾ ਪ੍ਰੋਗਰੈਸ ਕਰਾ ਸਕਦੀਆਂ, ਕਿਉਂਕਿ ਜਿਵੇਂ ਆਲਮੋਸਟ 50% ਆਫ ਦਾ ਸਮਾਜ ਹੈ ਇਹ ਸਾਡੀ ਨਾਂ ਦੇ ਨਾਲ ਬਾਂਹ ਚਲਾ ਕੇ ਅੱਗੇ ਵੀ ਇੱਕ ਦਿਨ ਕਿਹਾ ਸੀ ਵੀ ਇਹਨਾਂ ਨੂੰ ਤਾਂ ਪੂਰਾ ਘਰ ਨੂੰ ਚਲਾਉਂਦੀਆਂ ਸਾਰਾ ਕੰਮ ਕਰਦੀਆਂ ਪਰ ਇਹ ਇੰਨੀ ਜ਼ਿਆਦਾ ਡੋਮੈਸਟਿਕ ਲੇਬਰ ਅਨਪੇਡ ਅਨਪੇਡ ਪੜ੍ਹਾ ਦਿੰਦੇ ਆ ਉੱਥੇ ਉਹਨੂੰ ਕਿਹਾ ਜਾਂਦਾ ਕਿ ਇਹ ਤੇਰਾ ਘਰ ਨੀ ਤੂੰ ਬਗਾਨੇ ਘਰ ਵੀ ਤੂੰ ਆਪਦੇ ਘਰ ਜਾਣਾ ਉੱਥੇ ਉਹਨੂੰ ਅਹਿਸਾਸ ਕਰਾਇਆ ਜਾਂਦਾ ਕਿ ਇਹ ਤੇਰਾ ਘਰ ਨੀ ਫਿਰ ਉਹ ਵਿਆਹ ਕਰਕੇ ਦੂਸਰੇ ਘਰ ਆ ਜਾਂਦੀ ਹੈ ਉੱਥੇ ਉਹ ਆਪਦਾ ਸਾਰਾ ਕੁਛ ਰਸੋਈ ਤੋਂ ਲੈ ਕੇ ਬਾਹਰ ਤੱਕ ਜਿੰਨਾ ਕੰਮ ਹੁੰਦਾ ਉਹ ਕਰਦੀ ਆ ਜਿੱਦਾਂ ਤੁਸੀਂ ਕਿਹਾ ਕਿ ਅਨਪੇਡ ਲੇਬਰ ਵੀ ਕਰਦੀ ਹੈ ਅਖੀਰ ਦੇ ਵਿੱਚ ਉੱਥੇ ਵੀ ਉਹਨੂੰ ਅਹਿਸਾਸ ਕਰਾਇਆ ਜਾਂਦਾ ਕਿ ਇਹ ਪਰਾਇਤੀ ਹੈ ਜਿੱਦਣ ਉਹ ਸਵਰਗਵਾਸ ਕਰਦੀ ਹੈ ਜਿਹੜਾ ਕਫਨ ਹੈ ਉਹ ਐਕਸਪੈਕਟੇਸ਼ਨ ਹੈ ਆਪਣੇ ਸਮਾਜ ਦੇ ਵਿੱਚ ਕਿ ਉਹ ਉਹਦੇ ਬਾਪ ਦੇ ਘਰੋਂ ਆਵੇ ਮੰਨਦੇ ਹੋ ਨਾ ਇਹ ਚੀਜ਼। ਹਾਂਜੀ ਹਾਂਜੀ ਅੱਗੇ ਨਾਲੋਂ ਕਾਫੀ ਚੇਂਜਿਸ ਆਈਆਂ ਜੀ ਪੋਜ਼ਿਟਿਵ ਪਾਸੇ ਪਰ ਹਾਲੇ ਵੀ ਬਹੁਤ ਇਹਦੇ ਚ ਕੰਮ ਕਰਨ ਦੀ ਲੋੜ ਹੈ। ਅੱਜ ਦੇ ਦਿਨ ਚ ਵੀ 1 out of 5 ਜਿਹੜੀਆਂ ਬੱਚੀਆਂ ਜਾਂ ਲੇਡੀਜ਼ 15 ਸਾਲ ਤੋਂ 49 ਸਾਲ ਤੱਕ ਹੈ ਉਹ ਕਿਤੇ ਨਾ ਕਿਤੇ ਫਿਜ਼ੀਕਲ ਅਬਿਊਜ਼ ਸੈਕਸ ਵਾਇਲੈਂਸ ਦਾ ਸ਼ਿਕਾਰ ਹੁੰਦੀਆਂ। ਸੋ ਇਸ ਕਰਕੇ ਜਿਹੜੀ ਚੀਜ਼ ਹੈ ਸਾਨੂੰ ਆਪਣੀ ਨਾ ਸੋਚ ਬਦਲਣੀ ਪੈਣੀ। ਦੇਖੋ ਹੁਣ ਇੱਕ ਹੋਰ ਗੱਲ ਆਪਾਂ ਨੂੰ ਇੱਥੇ ਵੇਖਣੀ ਚਾਹੀਦੀ ਇੰਡੀਆ ਗਵਰਨਮੈਂਟ ਨੇ ਆਈ ਥਿੰਕ ਅਰਾਊਂਡ 1955 ਉਹਦੇ ਲਾਗੇ ਇੱਕ ਰੂਲ ਬਣਾਇਆ ਵੀ ਤੁਸੀਂ ਆਪਣੀ ਬੇਟੀ ਵੀ ਤੁਹਾਡੀ ਬਰਾਬਰ ਦੀ ਪ੍ਰਾਪਰਟੀ ਦੀ ਹੱਕਦਾਰ। ਬਿਲਕੁਲ 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 ਇਹ ਅੱਛਾ ਉਹ ਗਵਰਨਮੈਂਟ ਨੇ ਤਾਂ ਰੂਲ ਬਣਾਤਾ ਉਹ ਅਸੀਂ ਲੋਕਾਂ ਨੇ ਉਹ ਅੱਗੋਂ ਚਲਾਉਣਾ ਹੈ ਮਾਂ ਬਾਪ ਨੇ ਜਿਹਨਾਂ ਦੇ ਬੱਚੇ ਪਰ ਅੱਛਾ ਉੱਥੇ ਹੁਣ ਕੀ ਚੱਲ ਪਿਆ ਕਿ ਤਕਰੀਬਨ ਹਰ ਬੱਚੇ ਨੂੰ ਉਹ ਕਰਦੇ ਆ ਵੀ ਤੁਸੀਂ ਸਾਨੂੰ ਇਹਨਾਂ ਦਾ ਇਹ ਲਿਖ ਕੇ ਦਿਓ ਜੀ ਤੂੰ ਆਪਣੇ ਭਰਾਵਾਂ ਕੋਲੋਂ ਪੈਸੇ ਨਹੀਂ ਲਏਂਗੀ। ਸੋ ਇਹਦੇ ਨਾਲ ਵੀ ਪਰਿਵਾਰਾਂ 'ਚ ਆਪਸ 'ਚ ਲੜਾਈ ਹੋ ਜਾਂਦੀ ਹੈ। ਸੋ ਇਹ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ। ਬੱਚੇ ਦਾ ਜੋ ਬਣਦਾ ਹੈ ਉਹਦਾ ਮੁਕੱਦਰ ਹੈ ਬਰਾਬਰ ਦਾ ਉਹਦਾ ਬਰਥ ਹੈ ਉਹ ਇੱਕ ਹਿਊਮਨ ਬੀਇੰਗ ਹੈ ਉਹਨੂੰ ਸਹੀ ਟ੍ਰੀਟ ਕਰੋ। ਉਹਨੂੰ ਸਹੀ ਟ੍ਰੀਟ ਕਰੋਗੇ ਤਾਂ ਬੱਚੇ ਨੂੰ ਤੁਸੀਂ ਖੂਹ ਦੇ ਬੋਲਦ ਵਾਂਗੂ ਜੋੜ ਕੇ ਕੰਮ ਨਾ ਲਓ ਉਹਦੀ ਇੱਜ਼ਤ ਕਰੋ ਉਹ ਹੋਰ ਕੰਮ ਕਰੇਗੀ ਉਹਨੂੰ ਮੋਟੀਵੇਟ ਕਰੋ। ਸੈਕੰਡ ਹੋਰ ਚੀਜ਼ ਹੈ ਸੈਕੰਡ ਚੀਜ਼ ਇਹ ਹੈ ਜਿੱਥੇ ਤੱਕ ਗਰੀਬੀ ਹੈ ਉਹਨਾਂ ਦੀ ਲਾਚਾਰੀ ਨੂੰ ਐਕਸਪਲੋਇਟ ਕੀਤਾ ਜਾਂਦਾ ਉਹ ਇੰਨੇ ਮਜਬੂਰ ਹੋ ਜਾਂਦੇ ਆ ਕਿ ਉਹ ਕਈ ਵਾਰੀ ਬੱਚਿਆਂ ਦੀ ਕੀਮਤ ਲੈ ਲੈਂਦੇ ਆ ਉਹਨਾਂ ਦਾ ਵਿਆਹ ਕਰਨ ਚ ਔਰ ਜਿਹੜੇ ਕੋਈ ਖਾਂਦੇ ਪੀਂਦੇ ਆ ਉਹ ਜਿੱਥੋਂ ਬੇਟੀ ਆਉਂਦੀ ਹੈ ਉਹ ਆਪਣੇ ਇਨਲਾਜ਼ ਦੀ ਆਰਮ ਟਵਿਸਟ ਕਰਦੇ ਆ ਵੀ ਤੁਸੀਂ ਸਾਨੂੰ ਡਿਊਰੀ ਦਿਓ ਇਹ ਤਾਂ ਸਿਸਟਮ ਜਿਹੜਾ ਹੈ। ਸੋ ਉਹ ਅਸੀਂ ਇੰਡੀਅਨ ਕਹਿੰਦੇ ਹਾਂ ਵੀ ਅਸੀਂ ਬੜੇ ਧਾਰਮਿਕ ਹਾਂ ਅਸੀਂ ਬੜੇ ਸਮਾਜਿਕ ਹਾਂ ਅਸੀਂ ਬੜੀ ਲੋਕਾਂ ਦੀ ਮਦਦ ਕਰਦੇ ਹਾਂ ਉਹ ਮਦਦ ਕਰਨ ਦੇ ਵਿੱਚ ਸਾਨੂੰ 50% ਆਫ ਦਾ ਸਮਾਜ ਵੀ ਨਜ਼ਰ ਆਉਣਾ ਚਾਹੀਦਾ। ਜੀ ਜੀ ਬਾਜੋ ਸਾਹਿਬ ਆਪਣੇ ਕੋਲ ਟਾਈਮ ਆਲਮੋਸਟ ਖਤਮ ਹੈ ਆਪਾਂ ਨਾ ਆਹ ਜਿਹੜਾ ਡੋਰੀ ਅਤੇ ਭਰੂਣ ਹੱਤਿਆ ਅਤੇ ਡਾਕਟਰ ਹਰਸ਼ਿੰਦਰ ਕੌਰ ਆਪਣੇ ਨਾਲ ਸ਼ਾਇਦ ਜੁੜਨਗੇ ਥੋੜ੍ਹੇ ਦਿਨਾਂ 'ਤੇ ਆਪਾਂ ਫੇਰ ਲਾਵਾਂਗੇ ਅਤੇ ਤੁਸੀਂ ਕਾਲ ਕੀਤੀ ਬਹੁਤ ਬਹੁਤ ਧੰਨਵਾਦ ਅਤੇ ਆਪਾਂ ਫਿਰ ਜੁੜਦੇ ਕਿਸੇ ਪ੍ਰੋਗਰਾਮ ਧੰਨਵਾਦ ਬਾਜੋ ਸਾਹਿਬ। ਕੁਲਦੀਪ ਸਿੰਘ ਸਰਾਜ ਸਾਹਿਬ ਆਪਣੇ ਕੋਲ ਗਿਣ ਕੇ 1 ਜਾਂ 1.5 ਮਿੰਟ ਹੈ ਤੁਸੀਂ ਕੁਛ ਕਹਿਣਾ ਚਾਹੋ।
ਠੀਕ ਹੈ, ਮੈਂ ਇੰਨੇ ਵਿੱਚ ਹੀ ਵਾਇੰਡ ਅਪ ਕਰ ਦਿੰਦਾ ਜੀ। ਪਹਿਲੀ ਗੱਲ ਤਾਂ ਇਹ ਕਿ ਅਸੀਂ ਜਿਹਨਾਂ ਲੜਕੀਆਂ ਨੂੰ ਸਪੋਂਸਰ ਕਰਦੇ ਹਾਂ, ਅਸੀਂ ਉਹਨਾਂ ਦੇ ਕੋਲੋਂ ਇੱਕ ਇਹ ਫਾਰਮ ਸਾਈਨ ਕਰਵਾਉਂਦੇ ਹਾਂ। ਇਹਦੇ ਵਿੱਚ ਇਹ ਲਿਖਿਆ ਹੁੰਦਾ, ਇਹ ਸਮਝਦੇ ਹੋਏ ਕਿ ਦਾਜ ਦੀ ਵਿਗਾੜੀ ਹੋਈ ਰਸਮ ਅਤੇ ਦਿਖਾਵੇ ਵਾਲੇ ਮਹਿੰਗੇ ਵਿਆਹ ਹੀ ਧੀਆਂ ਦੀ ਬੇਕਦਰੀ ਅਤੇ ਧੀਆਂ ਵਿਰੁੱਧ ਹੋ ਰਹੇ ਜੁਰਮਾਂ ਦਾ ਕਾਰਨ ਹਨ। ਇਸ ਲਈ ਅਸੀਂ ਪ੍ਰਣ ਕਰਦੇ ਹਾਂ ਕਿ ਆਪਣੇ ਪਰਿਵਾਰ ਵਿੱਚ ਹੋਣ ਵਾਲੇ ਕਿਸੇ ਵੀ ਵਿਆਹ ਉੱਤੇ ਨਾ ਦਾਜ ਦਿਆਂਗੇ ਅਤੇ ਨਾ ਦਾਜ ਲਵਾਂਗੇ। ਅਸੀਂ ਵਿਆਹ ਦੀ ਰਸਮ ਨੂੰ ਸਾਦੀ ਤੋਂ ਸਾਦੀ ਰੱਖ ਕੇ ਇਸ ਦੀ ਸੁੱਚਤਾ ਨੂੰ ਕਾਇਮ ਰੱਖਾਂਗੇ। ਆਊਟਸਟੈਂਡਿੰਗ ਆਊਟਸਟੈਂਡਿੰਗ। ਇਹ ਫਾਰਮ ਸਾਰੇ ਭਰਦੇ ਨੇ, ਇਹਦੇ ਉੱਤੇ ਫਾਦਰ, ਮਦਰ, ਹੋਰ ਜੋ ਵੀ ਉਹਨਾਂ ਦੇ ਘਰ ਦਾ ਮੈਂਬਰ ਹੈ ਉਹ ਸਾਰੇ ਸਾਈਨ ਕਰਦੇ ਨੇ। ਤਾਂ ਕਿ ਜੇ ਲੜਕੀ ਵੀ ਬਾਅਦ ਦੇ ਵਿੱਚ ਉਹ ਲੜਕੀ 'ਤੇ ਸਟੈਂਡ ਲੈਂਦੀ ਹੈ ਕਿ ਮੈਂ ਦਾਜ ਮੰਗਣ ਵਾਲੇ ਘਰ ਵਿੱਚ ਵਿਆਹ ਨਹੀਂ ਕਰਾਉਣਾ, ਪਰ ਕਈ ਵਾਰੀ ਉਹ ਪੇਰੈਂਟਸ ਕਹਿੰਦੇ ਕਿ ਸਾਡਾ ਨੱਕ ਨਹੀਂ ਰਹਿੰਦਾ, ਤਾਂ ਅਸੀਂ ਇਸੇ ਕਰਕੇ ਪੇਰੈਂਟਸ 'ਤੇ ਵੀ ਸਿਗਨੇਚਰ ਲੈਂਦੇ ਹਾਂ। ਬਹੁਤ ਚੰਗੀ ਗੱਲ ਹੈ। ਹਾਂ, ਇੱਕ ਤਾਂ ਇਹ ਗੱਲ ਹੈ, ਦੂਸਰੀ ਹਾਂਜੀ ਦੂਸਰੀ ਜਿਹੜੀ ਗੱਲ ਇਹ ਹੈ ਕਿ ਇਹ ਜਿਹੜਾ ਅਸੀਂ ਕਹਿ ਰਹੇ ਸੀ ਨਾ ਕਿ ਜੋ ਸਮਾਜਿਕ ਵਧੀਕੀਆਂ ਨੇ ਉਹਦੇ ਵਿੱਚ ਜਿਹੜਾ ਵੱਡਾ ਕਾਰਨ ਇਹ ਹੈਗਾ ਕਿ ਅਸੀਂ ਜਿਸ ਢੰਗ ਨਾਲ ਆਪਣੇ ਲੜਕੇ ਪਾਲਦੇ ਹਾਂ ਨਾ, ਉਹਦੇ ਵਿੱਚ ਬੇਸਿਕ ਤਬਦੀਲੀ ਲਿਆਉਣ ਦੀ ਲੋੜ ਹੈ। ਇਹ ਜਿਹੜੀ ਮੈਂਟੈਲਿਟੀ ਹੈ ਨਾ, ਅੱਜ ਦਾ ਜਿਹੜਾ ਟਾਈਮ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ, ਆਪਾਂ ਫਿਰ ਇੱਕ ਦੋ ਹਫ਼ਤਿਆਂ ਤਾਈਂ ਫਿਰ ਪੂਰਾ ਸੈਸ਼ਨ ਲਾਵਾਂਗੇ। ਤੁਸੀਂ ਸਾਡੇ ਤੁਸੀਂ ਬਹੁਤ ਚੰਗਾ ਕਰ ਰਹੇ ਹੋ, ਤੁਸੀਂ ਸਾਡੇ ਲਈ ਟਾਈਮ ਕੱਢਿਆ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹਾਂਜੀ ਠੀਕ ਹੈ, ਜ਼ਰੂਰ ਕਰਿਓ ਜੀ ਫਿਰ। ਇਹ ਸਨ ਸਰਦਾਰ ਕੁਲਦੀਪ ਸਿੰਘ ਸਰਾਂ। ਦਰਸ਼ਕੋ, ਮੈਂ ਲੰਮਾ ਲਿਜਾਉਣਾ ਚਾਹੁੰਦਾ ਸੀ ਪਰ ਅੱਜ ਟਾਈਮ ਇਜਾਜ਼ਤ ਨਹੀਂ ਦੇ ਰਿਹਾ। ਮੈਨੂੰ ਗੁਰਲਾਲ ਨੂੰ ਦਿਓ ਇੱਥੇ ਇਜਾਜ਼ਤ। ਆਪਣਾ ਪੂਰਾ ਖਿਆਲ ਰੱਖੋ। ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ ਅਤੇ ਸ਼ਬਾ ਖੈਰ।